ਪਰ ਵੀ ਪਾਣੀ ਬਿਨਾਂ ਨਾ ਖਾਲੀ ਕਰਕੇ ਧਰਿਆ ਪਿਆ ਤੀਗਾ। ਚੱਲ ਕੋਈ ਠੰਡਾ ਪਾਣੀ ਪੀ ਲੈਂਦਾ ਗਾ। ਭਾਂਡੇ ਜੀ ਬੀਬੀ ਨਾਲ ਦੇਖਾ ਇੱਥੇ ਕੀ ਕਰੀ ਜਾਂਦੀ ਆ ਤੂੰ? ਕਰਨਾ ਕੀ, ਮੈਂ ਤੈਨੂੰ ਅੰਦਰ ਪਾਲੀ ਜਾਂਦੀ ਆ, ਮੈਂ ਤੇਰੇ ਨਾਲ ਕੋਈ ਗੱਲ ਕਰਨੀ ਸੀਗੀ। ਕੋਈ ਨਾ ਗੱਲ ਤਾਂ ਕਰ ਲਈ, ਖਾਲੀ ਪਿਆ ਤੀ ਕੈਂਪਰ, ਹਾਂ ਪਾਣੀ ਪਾ ਕੇ ਧਰਿਆ, ਮਹਾ ਕੋਈ ਪੀ ਲੈਂਦਾ ਹੁੰਦਾ ਪਾਣੀ। ਨਾ ਮੇਰੀ ਗੱਲ ਸੁਣ, ਤੜਕੇ ਤਾਂ ਤੂੰ ਆਈ ਆ, ਆਉਣ ਸਾਰ ਰਸੋਈ ਚ ਵੜ ਗਈ, ਬਹੂ ਜੀ ਕਿੱਧਰ ਬਾਕੀ ਹੁਣ? ਉਹ ਤਾਂ ਆਈ ਲਾਲਚ ਕਰ ਲੈਂਦੀ ਆ, ਹੋਰ ਇੱਕ ਤਾਂ ਆਈ ਨਹੀਂ ਲਾਲਚ ਕਰਕੇ ਬਹਿ ਜਾਂਦੀ। ਮੇਰੀ ਭੈਣ ਦਾ ਘਰ ਹੈ, ਭੈਣ ਦੇ ਘਰੇ ਕੰਮ ਕਰਿਆ ਕਰਦੇ ਨੇ, ਫੇਰ ਕਿਹੜਾ ਭਲੀਸੇ ਹੋ ਜਾਾਂਗੇ। ਤੂੰ ਹੀ ਕਰ ਲੈਂਦੀ ਆ, ਮੈਥੋਂ ਨਹੀਂ ਹੁੰਦਾ, ਨਾ ਹੀ ਮੈਂ ਕਦੇ ਆਦਤਾਂ ਮੇਰੀ, ਨਾ ਹੀ ਮੈਂ ਕਦੇ ਆਪਣੀਆਂ ਭੈਣਾਂ ਦੇ ਜਾ ਕੇ ਕੰਮ ਕੀਤਾ। ਮੇਰੀਆਂ ਭੈਣਾਂ ਦੇ ਘਰ ਤਾਂ ਨੌਕਰ ਲੱਗੇ ਹੋਏ ਨੇ, ਨੌਕਰ। ਹਾਂ ਚੱਲ ਕੋਈ ਨਾ, ਉਹਨਾਂ ਦਾ ਸਰਦਾ ਨਾਲੇ ਬਣਦਾ ਹੈ। ਸਾਡੇ ਆਪਦੇ ਨੌਕਰ ਲੱਗੇ, ਮੈਂ ਤਾਂ ਉਹ ਨਹੀਂ ਕੰਮ ਨੂੰ ਧੱਕਾ ਤੋੜ ਕੇ ਦਿੰਦੀ ਹੈਗੀ। ਚੱਲ ਕੋਈ ਨਾ, ਤੂੰ ਨਾ ਕੰਮ ਕਰ, ਤੂੰ ਮੈਨੂੰ ਐਂ ਦੱਸ ਕੀ ਗੱਲ ਕਰਨੀ ਸੀ ਤੇ ਮੇਰੇ ਨਾਲ? ਗੱਲ ਤਾਂ ਤੇਰੇ ਨਾਲ ਹੀ ਕਰਨੀ ਆ, ਮੇਰੀ ਗੱਲ ਸੁਣ ਲੈ, ਮੈਂ ਤਾਂ ਤੇਰੇ ਭਰਾ ਨੂੰ ਡਿਵੋਰਸ ਦੇਉਂਗੀ। ਕਿਉਂ? ਡਿਵੋਰਸ ਦੇਉਂਗੀ ਮੈਂ ਤਾਂ ਉਹਨੂੰ। ਡਿਵੋਰਸ? ਹਾਂ ਡਿਵੋਰਸ ਦੇਉਂਗੀ, ਡਿਵੋਰਸ ਆਪੀ ਜਾਊ, ਕਿਸੇ ਦਾ ਮਾਰ ਮਾਗਰ ਤੁਰਿਆ ਫਿਰਦਾ, ਨਾਲ ਤੇਰੀ ਭੈਣ ਰਲੀ ਫਿਰਦੀ ਆ। ਮੇਰੀ ਗੱਲ ਤੈਨੂੰ ਪਤਾ ਮੇਰਾ ਮਰਨ ਹੋਇਆ? ਉਹ ਤੂੰ ਦਿਲ ਨਾ ਹੌਲਾ ਕਰਿਆ ਕਰ, ਪਤਾ ਕੀ ਗੱਲ ਹੈਗੀ, ਗੱਲ ਦਿਲ ਤੇ ਨਹੀਂ ਨਹੀਂ ਲਾਇਆ ਕਰਦੇ। ਤੈਨੂੰ ਮੈਂ ਪਹਿਲਾਂ ਵੀ ਕਿਹਾ ਸੀ ਕੋਈ ਗੱਲ ਨਹੀਂ, ਗਲਤੀ ਇਨਸਾਨਾਂ ਤੋਂ ਹੁੰਦੀ ਹੈ। ਸਮਝਾਵਾਂਗੀ, ਸਰੇਆਮ ਆਈ ਆ ਬੁੜੀ, ਇਨਸਾਨਾਂ ਤੋਂ ਐ ਕਿਵੇਂ ਗਲਤੀ ਹੋ ਗਈ? ਫਿਰ ਮੈਂ ਸਮਝਾਵਾਂ? ਮੇਰੀ ਗੱਲ ਸੁਣ, ਮੈਂ ਨਹਿਰ 'ਚ ਛਾਲ ਮਾਰਨ ਗਈਆਂ, ਕੋਈ ਟੱਬਰ ਨਹੀਂ ਮੇਰੇ ਮਗਰ ਆਇਆ, ਮੇਰੇ ਬਰਥਡੇ ਵਾਲੇ ਦਿਨ ਹੈ। ਬੌਲੀ ਪਹਿਲਾਂ ਮੈਨੂੰ ਐਂ ਦੱਸ, ਤੂੰ ਨਹਿਰ 'ਚ ਛਾਲ ਮਾਰਦੀ, ਤੂੰ ਮਰ ਜਾਂਦੀ, ਇਹਨਾਂ ਤਾਂ ਖੁੱਲੀਆਂ ਛੁੱਟੀਆਂ ਦੀਆਂ। ਜੇਲ੍ਹ ਹੁੰਦੀ 20 ਸਾਲ ਦੀ, ਕੋਈ ਖੁੱਲੇਗਾ ਸੱਟਾ ਨਹੀਂ। ਕੋਈ ਨਹੀਂ ਪੁੱਛਦਾ, ਮੇਰੇ ਕੋਲੇ ਪਿੰਨ ਕਾਪੀ ਨਹੀਂ ਸੀ, ਥੱਲੇ ਲਿਖ ਕੇ ਜਾਂਦੀ ਮੈਂ ਤਾਂ ਪਾਟੜੀ ਤੇ, ਆਏ ਲਿਖ ਕੇ ਜਾਂਦੀ ਵੀ ਫਲਾਣੇ ਫਲਾਣੇ ਦਾ, ਐਨੀ ਪਤਾ ਤੇਰਾ ਵੀ ਨਾਚ ਆ। ਤੂੰ ਪਾਟੜੀ ਤੇ ਲਿਖ ਜਾਂਦੀ, ਮਨ ਕਰੇ ਇਧਰੋਂ, ਤੈਨੂੰ ਪਤਾ ਮੌਸਮ ਇਹ ਜੀ ਨੇ, ਹਨੇਰੀ ਆ ਜਾਂਦੀ, ਸਾਰਾ ਨਾ ਮਿਟ ਜਾਂਦਾ। ਫੇਰ ਭਾਲਦੀਆਂ ਤੂੰ ਤਾਂ ਇਹ ਜਿਹਾ ਭਾਲਦੀਆਂ ਵੀ ਕੋਈ ਫਸੇ ਨਾ ਇਹ ਮਰੇ, ਮੇਰੇ ਤਾਂ ਸਾਰੀ ਲੱਗਦੇ ਆ, ਮੈਂ ਤਾਂ ਤੁਹਾਡਾ ਭੜਾ ਚਾਹੁੰਦੀ ਆ, ਮੈਂ ਕਦੇ ਤੁਹਾਨੂੰ ਨਣਦਾ ਨਹੀਂ ਸਮਝਿਆ, ਭੈਣਾ ਸਮਝਿਆ, ਤੁਸੀਂ ਫੇਰ ਵੀ ਮੇਰਾ ਮਾੜਾ। ਨਹੀਂ ਨਹੀਂ, ਮੈਂ ਤਾਂ ਤੈਨੂੰ ਆਪਦੀ ਭੈਣਾ ਵਾਂਗੂ ਸਮਝਦੀ ਆ, ਤੂੰ ਮੈਨੂੰ ਐਂ ਦੱਸ, ਫੇਰ ਭੈਣ ਨੇ ਕੁਝ ਕਿਹਾ ਨਹੀਂ ਕਿ ਸਮਝਾਇਆ ਨਹੀਂ? ਇੱਕ ਮਿੰਟ ਫੇਰ ਮੇਰੀ ਗੱਲ ਸੁਣ, ਉਹਨੇ ਤਾਂ ਗਲਤੀ ਕਰਨ ਵਾਲੇ ਨੇ ਕਰਤੀ, ਮਾਗਰੀ ਤੇਰੀ ਭੈਣ ਵੱਜੀ, ਉਹਦੀ ਚਲਾਕ ਆ, ਉਹਦਾ ਵਿਆਹ ਕਰਾਉਣ ਨੂੰ ਫਿਰਦੀ ਆ, ਫਿਰ ਮੇਰਾ ਘਰ ਤੋਂ ਪੱਟਣ ਨੂੰ ਫਿਰਦੀ ਆ ਉਹ। ਇਹ ਉਹਦੀ ਗਲਤ ਗੱਲ ਹੈ, ਗਲਤ ਗੱਲ। ਹਾਂ ਉਹਨੂੰ ਆ ਜਾਣ ਦੇ, ਮੈਂ ਤੇਰੇ ਹੱਕ 'ਚ ਖੜੂ, ਮੈਂ ਤੇਰੇ ਹੱਕ 'ਚ ਖੜੂ, ਜੇ ਕੁਛ ਮਰਜ਼ੀ ਹੋ ਜੇ। ਓਹੋ ਤੂੰ ਆਏ ਨਾ ਕਰ, ਮੇਰੀ ਗੱਲ ਸੁਣ ਲੈ, ਤੇਰੇ ਭਾਈ ਨੇ ਅੱਡ ਹੋਣਾ ਹੋ ਜੇ ਨੌਕਰ ਨਹੀਂ, ਮੈਂ ਜਾਣਦੀ ਦੀ ਨੌਕਰ ਤੇ ਨੌਕਰ ਚੜਾਇਆ ਪਿਆ, ਮੇਰੇ ਤਾਂ ਘਰੇ ਕੰਮ ਨੌਕਰ ਕਰਦੇ ਨੇ। ਅੱਛਾ, ਹਾਂ ਨੌਕਰ ਕੰਮ ਕਰਦੇ ਨੇ, ਆਪਾਂ ਤਾਂ ਉੱਥੇ ਵਧੀਆ ਬਣਾ ਰੱਖਿਆ। ਹਾਂ ਫਿਰ ਨੌਕਰ ਕੰਮ ਕਰਦੇ ਨੇ ਵਧੀਆ, ਤਾਂ ਭਾਈ ਤੋਂ ਕੀ ਲੈਣਾ ਫਿਰਦੇ, ਆਪੇ ਧੱਕੇ ਖਾ ਕੇ ਆਪਣੇ ਘਰੇ। ਤੇਰੇ ਘਰ ਵਾਲੀ ਜੀ ਕਰਾ ਦਿੰਦੀ ਆ, ਮੈਂ ਕਿਸੇ ਨਾਲ ਗੱਲਬਾਤ, ਤੂੰ ਆਪੇ ਫਿਰਦਾ ਰਹੂਗਾ, ਤੂੰ ਕਿਵੇਂ ਜਰ ਲੇਂਗੀ? ਬਹੁਤ ਔਖੇ ਨੇ ਜਰਨੇ, ਐਵੇਂ ਲੱਗਦਾ ਗੱਲਾਂ ਹੀ। ਮੇਰੀ ਗੱਲ ਸੁਣ, ਮੇਰੇ ਘਰ ਵਾਲਾ ਕਿਸੇ ਨਾਲ ਗੱਲ ਕਰਕੇ ਦੇਖ, ਮੇਰੀ ਸੌਕ ਨੂੰ ਵੀ ਚਾਰੋਂ ਪਾੜ ਦੂੰ ਮੈਂ ਤਾਂ। ਬਸ ਮੇਰੇ ਤੇ ਲਾ ਕੇ ਦੇਖ ਰਿਹਾ, ਆਪਦੀਆਂ ਤਾਂ ਤੂੰ ਗੱਲਾਂ ਕਰ ਲਈਆਂ, ਮੇਰਾ ਤਾਂ ਕਿੰਨਾ ਢਿੱਡਾ ਉੱਕਾ, ਆਪਦੇ ਭਾਈ ਦੀ ਤਾਂ ਤੂੰ ਸੈਡ ਲੈ ਗਈ। ਜਦੋਂ ਉਹ ਬੈਤਲ ਜਨਾਂ ਨੂੰ ਹੋ ਰਹੀ ਹੈ ਕਿ ਤੇ ਸਿਰ ਕਿਉਂ ਨਹੀਂ ਪਾੜਿਆ ਉਹਦਾ? ਪਾੜ ਦਿੱਤੀ ਉਹਨੇ, ਨੇ ਗੜਾਥਾ ਫੜ ਲਿਆ, ਨਹੀਂ ਮੈਂ ਤਾਂ ਸਿਰ ਪਾੜ ਕੇ 20 ਸਾਲ ਦੀ ਹੁਣ ਜੇਰ ਚ ਬਾਗ। 20 ਸਾਲ ਦੀ ਹੁੰਦੀ ਚਾਹੇ ਮੇਰੀ ਗੱਲ ਸੁਣ, ਚਾਹੇ 307 ਲੱਗਦੀ, ਚਾਹੇ 302 ਲੱਗਦੀ, ਜਿਹੜੀ ਮਰਜ਼ੀ ਧਾਰਾ ਲੱਗ ਜਾਂਦੀ, ਪਰ ਹਾਂ ਦਿਖਾ ਦਿੰਦੀ ਵੀ ਹਾਂ ਮੈਂ ਹੈਗੀ ਆ। ਕੋਈ ਨਾ ਹੁਣ ਪਾੜੂ, ਜਿੱਤੇ ਮੈਨੂੰ ਮਿਲ ਗਈ ਨਾ, ਸਣੇ ਤੇਰੇ ਭਾਈ ਦਾ ਸਿਰ ਪਾੜੂਗੀ। ਨਾਲੇ ਮੇਰੀ ਗੱਲ ਸੁਣ, ਮੇਰਾ ਬਲੱਡ ਪ੍ਰੈਸ਼ਰ ਵਧੇ, ਪਰ ਐਂ ਕਰ ਮੈਨੂੰ ਕਹ, ਉਹਨੇ ਤੜਕੇ ਦੀ ਆਲੂ ਵਾਲੇ ਪਰੌਂਠੇ ਨਹੀਂ ਬਣਾ ਕੇ, ਤੇ ਬਣਾ ਕੇ ਦੇ, ਮੈਂ ਤੈਨੂੰ ਪਤਾ ਨਾ ਤੇਰੀ ਭਰਜਾਈ ਖਾਣ ਪੀਣ ਦੀ ਸ਼ਕੀਨ ਐ, ਐਂ ਕਰੀ ਚਾਰ ਗੁਰਗਲੇ ਵੀ ਕੱਢ ਹੀ ਲਈ, ਮੌਸਮ ਜਿਹਾ ਹੋ ਰਿਹਾ ਅੱਜ। ਬੀਬੀ ਵਧਿਆ ਹੋਇਆ ਤੇਰਾ, ਘਟਿਆ ਨਹੀਂ ਹੈਗਾ। ਚਲ ਚੰਗਾ, ਹਾਂ ਚੰਗਾ, ਲੈ ਦੇਖ ਲੈ ਖਾਣ ਦੀ ਕੁੱਤੀ, ਨਾਲ ਤਾਂ ਬੀਪੀ ਵੱਧ ਗਿਆ, ਨਾਲੇ ਪਰੌਂਠੇ ਲਾ ਦੇ, ਨਾਲੇ ਗੁਲਗੁਲੇ, ਵੀ ਤੇਲ ਖਾਵੇਂਗੀ ਤੇਰਾ ਬੀਪੀ ਹੋਰ ਵਾਜੂ ਰੇ, ਹੋਰ ਪੜਾਕਾ ਪੈ ਜੂਗਾ। ਚੱਲ ਉਹ ਵੀ ਨਪੁੱਤੀ ਮੇਰੇ ਵਾਲੀ ਭੈਣ, ਪਤਾ ਨਹੀਂ ਕਿੱਧਰ ਤਾਂ ਨਿਕਲੀ ਆ, ਕਿੱਧਰ ਨਾ, ਵੀ ਤੂੰ ਜਿਹਦਾ ਮਰਨਾ ਖਾਪਣਾ ਤੀ ਮਰ ਖੱਪ ਗਿਆ, ਤੂੰ ਘਰੇ ਤਾਂ ਬਹਿ ਜਾ ਨਿਚਲੀ, ਆ ਜਾਣ ਦੇ ਉਹਦੇ ਨਾਲ ਵੀ ਕਰਦੀ ਆ ਗੱਲ, ਗੱਲ ਇਹਦੀ ਵੀ ਸਿਆਣੀ ਆ, ਉਹਦਾ ਕਹਿਣ ਦਾ ਹੱਕ ਬਣਦਾ, ਤੇ ਕੀ ਮਤਲਬ ਹੈ ਬਗਾਨੀ ਟੀਮੀ ਨੂੰ ਘਰੇ ਲਿਆਉਣ ਦਾ, ਕਰਦੀ ਇਹਨਾਂ ਦੀ ਕੰਡ ਚੜ ਆਏ ਲੈਣ ਦੇ ਲੈ, ਮੈਂ ਤਾਂ ਪਾਣੀ ਦੀ ਘੁੱਟ ਪੀਣੀ ਤੀ, ਇਹ ਵੀ ਭੁੱਲ ਗਈ, ਉਹ ਪੈਨੇ ਗਲਾਸ। ਠੀਕ ਆ ਮਾਂ, ਠੀਕ ਵੀ ਕਹਦੀ ਆ,
ਤੇ ਇਥੋਂ ਕਹਦਾ ਨੁਕਰ ਤੈਨੂੰ ਪਤਾ ਹੀ ਹੈਗਾ ਤਪਾ ਰੱਖਿਆ ਗਾ ਪਹਿਲਾਂ ਤਾਂ ਮਾਮੀ ਮਾਮੇ ਨੇ ਤਪਾਈ ਹੋਈ ਸੀ ਹੈ ਹੁਣ ਚੱਲ ਮੈਨੂੰ ਆਏ ਸੀ ਵੀ ਮਾਮੀ ਮਾਮਾ ਵੱਗ ਗਏ ਮਾਮਾ ਤਾਂ ਚੱਲ ਨਹੀਂ ਆਇਆ ਉੱਥੋਂ ਤੱਕ ਪੈਂਡਾ ਛੁੱਟ ਗਿਆ ਆ ਮਾਮੀ ਫੇਰ ਤੜਕੀ ਆ ਬੜੀ ਹੋਰ ਕਦੇ ਆਲੂ ਵਾਲੇ ਪਰੌਂਠੇ ਲਾ ਦੇ ਕਦੇ ਮੈਨੂੰ ਖੀਰ ਬਣਾ ਦੇ ਪੁੱਛਣਾ ਕਹਿੰਦਾ ਬਾਲੀ ਅੱਕੀ ਪਈ ਹੈ ਹੁਣ ਉੱਧਰੋਂ ਮੇਰੇ ਮਾਸੀ ਮਾਸੜ ਆ ਗਏ ਹੁਣ ਮੈਨੂੰ ਐਂ ਦੱਸ ਵੀ ਕਿਹੜੇ ਪਾਸੇ ਮਰੇ ਬੰਦਾ ਹਨਾ ਹੋਰ ਬਾਲਾ ਦੁਖੀ ਕਰਦੇ ਨੇ ਏਸੀ 'ਚ ਤਾਂ ਦੇਖੀ ਆਪ ਪਏ ਜਾਂਦੇ ਨੇ ਮੈਂ ਇੱਥੇ ਧੁੱਪੇ ਫਿਰਦੀ ਹਾਂ ਭੌਂਕਦੀ ਹੋਰ ਹੁਣ ਬਾਲਾ ਤਪੀ ਪਈ ਹਾਂ ਮੈਂ ਤਾਂ ਐਂ ਦੇਖਦੀ ਹਾਂ ਇੱਕ ਦੋ ਦਿਨ ਹੀ ਨੇ ਮੈਂ ਤਾਂ ਦੇਖ ਕੇ ਇਹਨਾਂ ਦੇ ਮੂੰਹ ਨਹੀਂ ਮੈਂ ਤਾਂ ਪਿੰਡ ਆ ਜਾਊਂਗੀ ਹੋਰ ਵਗ ਜਾ ਪਿੰਡ ਪਿੰਡ ਵਗ ਜਾ ਭਾਈ ਊਂ ਕਾਹਨੂੰ ਲੋਟ ਆਉਣਾ ਸੀਗਾ ਟਲਦੀ ਮਾਰੀ ਫਿਰਦੀ ਆ ਵਗ ਜਾ ਪਿੰਡ ਵਗ ਜਾ ਵੀ ਇਹਨਾਂ ਨੂੰ ਖਵਾਉਣਾ ਨਾ ਪੈ ਜੇ ਤਾਂ ਕਰਕੇ ਤੂੰ ਪਿੰਡ ਜਾਂਦੀ ਆ ਨਾ ਮੇਰੀ ਗੱਲ ਸੁਣ ਤੈਨੂੰ ਅਕਲ ਉਕਲ ਹੈਗੀ ਆ ਕਿ ਨਹੀਂ ਹੈਗੀ ਪਾਥੀਆਂ 'ਚ ਬੜੀ ਬੈਠੇ ਸਿਖਰ ਦੇ ਪਰੇ ਬਿਮਾਰ ਹੋ ਗਈ ਇੱਥੇ ਅੰਮ੍ਰਿਤਪਾਲ ਨੇ ਵੀ ਨਹੀਂ ਹੱਥ ਪਾਉਣਾ ਹੈਗਾ ਉਹਦੀ ਕਹਿ ਦੋ ਵੀ ਗਰਮੀ ਕਰਕੇ ਆ ਭਾਈ ਹਾਂ ਮਾਮੀ 60-70 ਹਜ਼ਾਰ ਲੈ ਕੇ ਖੇੜਾ ਛੁੱਟੂਗਾ ਮੈਂ ਤਾਂ ਨਾ ਪਾਥੀਆਂ ਜੀਆਂ ਲੋਟ ਕਰਨ ਆਈ ਸੀ ਪਾਥੀਆਂ ਲੋਟ ਕਰਨ ਆਈ ਸੀ ਨਾਲੇ ਹੋਰ ਸਾਨੂੰ ਦੇਖ ਕੀ ਨਹੀਂ ਜਰਦੇ ਫਿਰ ਕੀ ਹੋ ਗਿਆ ਮੇਰੀ ਨਣਦ ਦਾ ਘਰ ਫਿਰ ਕੀ ਹੋ ਗਿਆ ਜੇ ਅਸੀਂ ਰਹਿ ਗਏ ਸਾਨੂੰ ਕੀ ਪੈਟਰੋਲ ਮਚਦਾ ਤੂੰ ਨਹੀਂ ਪੇਕੀ ਜਾਂਦੀ ਪਹਿਲਾਂ ਮੈਨੂੰ ਐਂ ਦੱਸ ਭਾਈ ਤੂੰ ਆਪਦੀ ਮਾਂ ਨੂੰ ਚੁਗਲੀਆਂ ਲਾਈ ਜਾਂਦੇ ਤੇਰੇ ਮਤਲਬ ਕੀ ਆ ਮੈਨੂੰ ਮਾਮੀ ਤੁਸੀਂ ਕਿੱਦਾਂ ਜਾਣ ਦਿੰਦੇ ਹੋ ਜੇ ਤੁਸੀਂ ਕਿਸੇ ਪਾਸੇ ਜਾਓ ਤਾਂ ਫੇਰ ਹੀ ਮੈਂ ਪੇਕ ਕੇ ਜਾਉ ਮੈਂ ਹੁਣ ਐ ਛੱਡ ਕੇ ਕਿਵੇਂ ਵਗ ਜਾ ਮੈਨੂੰ ਐ ਦੱਸ ਅਸੀਂ ਆਪਦੀ ਆਪਦੀ ਨਣਦ ਦੇ ਘਰੇ ਆਈਆਂ ਮੈਂ ਤਾਂ ਰਹੂੰ ਉਹ ਆਪਦੀ ਭੈਣ ਦੇ ਘਰੇ ਆਈ ਆ ਉਹ ਵੀ ਰਹੂ ਤੂੰ ਜਾਣਾ ਟੱਪਣਾ ਟੱਪ ਜਾ ਭਈ ਖਵਾਉਣੀ ਔਖਿਆ ਤੈਨੂੰ ਮੈਂ ਤੜਕੇ ਦੇ ਕਹੀ ਜਾਂਦੀ ਆਲੂ ਵਾਲੇ ਪਰੌਂਠੇ ਬਣਾ ਦੇ ਆਲੂ ਵਾਲੇ ਇੱਕ ਵਾਰ ਵੀ ਤੂੰ ਮੈਨੂੰ ਸਿੰਪਲ ਰੋਟੀ ਨਹੀਂ ਦਿੱਤੀ ਆਲੂ ਵਾਲੇ ਤਾਂ ਕੀ ਕਹਣਾ ਤੈਨੂੰ ਨਾਲ ਇਹ ਗੱਲ ਦਾ ਪਤਾ ਵੀ ਸਾਡੇ ਲੱਗੇ ਹੋਏ ਨੇ ਨੌਕਰ ਮਾਮੀ ਤੜਕੇ ਦਾ ਖਵਾ ਕੇ ਹਟੀਆਂ ਹਜੇ ਨਾਲੇ ਮੈਨੂੰ ਐ ਦੱਸ ਨਹੀਂ ਮੇਰਾ ਫੋਨ ਕਿੱਥੇ ਹੈਗਾ ਮੇਰਾ ਫੋਨ ਲੱਭ ਕੇ ਦੇ ਨਹੀਂ ਤੇਰੇ ਵਾਲਾ ਚੋਰੀ ਕਰ ਲੂੰ ਚੋਰੀ ਕਾਹਨੂੰ ਕਰਨਾ ਮੰਮੀ ਤਾਂ ਫੋਨ ਕਰਨ ਲੈ ਫੜਕਾ ਲੈ ਮੈਂ ਮੇਰੇ ਫੋਨ 'ਚ ਨੰਬਰ ਨੇ ਹਾਂ ਮੇਰੇ ਫੋਨ 'ਚ ਨੰਬਰ ਨੇ ਮੈਨੂੰ ਕੀ ਪਤਾ ਤੇਰੇ ਫੋਨ ਦਾ ਕਮੇਟੀ ਵਾਲਿਆਂ ਦੇ ਮੈਨੂੰ ਫੋਨ ਆਈ ਜਾਂਦੇ ਨੇ ਮੇਰੀ ਗੱਲ ਸੁਣ ਜਦੋਂ ਤੂੰ ਕਿਹਾ ਸੀ ਵੀ ਮੈਂ ਨਹਿਰ 'ਚ ਰਿਗਦੀ ਆ ਤਾਂ ਫੋਨ ਨਾਲ ਲੈ ਕੇ ਗਈ ਸੀ ਮੈਨੂੰ ਕੀ ਪਤਾ ਮੇਰੇ ਹੱਥ 'ਚ ਫੋਨ ਨਹੀਂ ਸੀ ਹੈਗਾ ਮੇਰੇ ਹੱਥ 'ਚ ਫੋਨ ਨਹੀਂ ਸੀ ਮੇਰੀ ਗੱਲ ਮੇਰੇ ਸਾਰਾ ਜਾ ਫਿਰ ਭਾਈ ਮਾਮਾ ਲੈ ਗਿਆ ਹੋਊ ਚੱਕ ਕੇ ਫਿਰ ਮੈਨੂੰ ਤਾਂ ਪਤਾ ਨਹੀਂ ਹੈਗਾ ਇਹ ਤਾਂ ਤੁਹਾਡੇ ਕਰਮ ਚੰਗੇ ਰਹਿ ਗਏ ਜੇ ਮੈਂ ਉੱਥੇ ਨਹਿਰ 'ਚ ਛਾਲ ਮਾਰਦੀ ਮੇਰੀ ਗੱਲ ਸੁਣ ਲੈ ਪਾਟੜੀ ਤੇ ਨਾਂ ਲਿਖ ਕੇ ਜਾਂਦੀ ਮੈਂ ਤੁਹਾਡੇ ਸਾਰਿਆਂ ਦੇ ਮੇਰਾ ਨਾਂ ਤੋਂ ਲਿਖਦੀ ਮੈਂ ਕੀ ਕੀਤਾਗਾ ਮੈਂ ਤਾਂ ਉਹੀ ਨਹੀਂ ਗੱਲ ਚਾਹੁੰਦੀ ਛੜੇ ਤੂੰ ਹੀ ਸੀ ਤੇਰੀ ਮਾਂ ਦੇਖ ਲੈ ਤੇਰੇ ਮਾਮੇ ਦੇ ਮਾਂਗਰ ਲੱਗੀ ਫਿਰਦੀ ਆ ਉਹਦਾ ਵਿਆਹ ਕਰਾਉਣ ਨੂੰ ਫਿਰਦਿਆ ਕਰਾ ਲਓ ਮੈਂ ਤਾਂ ਸਾਰਿਆਂ ਨੂੰ ਮਜਾਉਂ ਲੱਕੀ ਨੇ ਕਰਾਤਾ ਵਿਆਹ ਸਾਨੂੰ ਤਾਂ ਮਾਮੇ ਦਾ ਹੀ ਨਹੀਂ ਪਤਾ ਹੈਗਾ ਵੀ ਕਿੱਥੇ ਅਸੀਂ ਕਿਹੜਾ ਗੱਲ ਦਾ ਹੀ ਨਹੀਂ ਪਤਾ ਹੈਗਾ ਵੀ ਕਿੱਥੇ ਹੈਗਾ ਨਾਲੇ ਤੇਰਾ ਪਤਾ ਲੱਗ ਜੂ ਨਾਲੇ ਤੇਰੀ ਮਾਂ ਦਾ ਪਤਾ ਲੱਗ ਜੂ ਨਾਲੇ ਲੱਗ ਜੂ ਤੇਰੇ ਮਾਮੇ ਦਾ ਪਤਾ ਜੇ ਤੇਰੇ ਮਾਮੇ ਦਾ ਵਿਆਹ ਹੋ ਗਿਆ ਸਨੇ ਪਕੌੜੇ ਛੋੜੇ ਸਾਰੇ ਟੱਬਰ ਨੂੰ ਕਿਉਂ ਨਾ ਤਲਣਾ ਪੈ ਜੇ ਮੈਨੂੰ ਨਾ ਸਾਡਾ ਕੀ ਕਸੂਰ ਆ ਮਾਮੇ ਉਹੀ ਗੱਲਾਂ ਕਰਦੀ ਮੇਰਾ ਰੋਬ ਹਲੇ ਦੇਖਿਆ ਨਹੀਂ ਜਿੱਦਾਂ ਮੈਂ ਆਪਦੀ ਆਈ ਤੇ ਆ ਗਈ ਨਾ ਛੋੜੇ ਸਾਰੇ ਟੱਬਰ ਨੂੰ ਚੁਕਾਉਂ ਲੈ ਤੂੰ ਤਾਂ ਹੋਰ ਨਾ ਲੱਗ ਜੇ ਗਾਹਾਂ ਕੋਈ ਨਹੀਂ ਫਿਰ ਹਾਂ ਦੇਖ ਲਾਂਗੇ ਅਸੀਂ ਕਿ ਥਾਣੇ ਕਚਹਿਰੀਆਂ ਤੋਂ ਡਰਦੇ ਆ ਸਾਡੇ ਤਾਂ ਬਾਪੂ ਹੀ ਨਾਨਕੇ ਸਮਝਦਾਗਾ ਕੋਈ ਨਹੀਂ ਵੱਡੀ ਆਈ ਆ ਜੇ ਤਾਹਾਂ ਦੀ ਆ ਜਾਂਦੇ ਛੜਕੋ ਛੜਕੀ ਲੋਟ ਨਹੀਂ ਦੇਣੀ ਉਹ ਨਹੀਂ ਇਹ ਆਪਾਂ ਛੇਤੀ ਆ ਗਏ ਨਹੀਂ ਆਪਾਂ ਨੂੰ ਛੜਕ ਤਾਂ ਘੁੰਮ ਕੇ ਆਉਣਾ ਪੈਂਦਾ ਅੱਛਾ ਨਹੀਂ ਫਿਰ ਤਾਂ ਮਿੱਟੀਆਂ ਰੇਤੇ ਉਹ ਕੋਈ ਨਹੀਂ ਨਾਲੇ ਕਿਹੜਾ ਸਾਡੂ ਆ ਤੂੰ ਬਗਾਨੇ ਥਾਂ ਆਇਆ ਯਾਰ ਆ ਪਿੰਡੀ ਆ ਚੱਲ ਸਾਡੂ ਕੋਲੇ ਆਇਆ ਪਿੰਡੀ ਇਹ ਆ ਤੇਰਾ ਦੇਖ ਲੈ ਬਿਕਰਾ ਹਾਂ ਪਹਿਲਾਂ ਸਫੇਦ ਹੁੰਦੇ ਬਾਹਾਂ 'ਚ ਘਰ ਪਈ ਗਏ ਹਾਂ ਦੇਖ ਲੈ ਹੁਣ ਤਾਂ ਨਗਰ ਬਸ ਗਿਆ ਕਲੋਨੀਆਂ ਬਣ ਗਿਆ ਹੁਣ ਤਾਂ ਆ ਹੁਣ ਤਾਂ ਸਾਡੇ ਵਾਲੇ ਜਵਾਕਾਂ ਜਾਂ ਕਨੀ ਝਾਕਦੇ ਆ ਵੀ ਜੇ ਮਾੜਾ ਮੋਟਾ ਕਿਸੇ ਕਿੱਦਾਂ ਲੰਗਾ ਛੋਟੜਾ ਵੱਡਾ ਤਾਂ ਕਹਿੰਦੇ ਉੱਥੇ ਕਿੱਥੇ ਰਹਿੰਦਾ ਤਾਂ ਬਾਹਰ ਰਹਿੰਦਾ ਹਾਂ ਵੱਡਾ ਤਾਂ ਚੰਡੀਗੜ੍ਹ ਰਹਿੰਦਾ ਤੈਨੂੰ ਪਤਾ ਹੈ ਅੱਛਾ ਤੇ ਹੁਣ ਇਹ ਛੋਟਾ ਪੜਦਾ ਹੈ ਉਹ ਆਏ ਕਹਿੰਦਾ ਮੇਰੇ ਦੋਸਤ ਦਾ ਪਤਾ ਨਹੀਂ ਯਾਰ ਦਾ ਵਿਆਹ ਹੈ ਉਹ ਉਧਰ ਤੁਰਿਆ ਫਿਰਦਾ ਕਿਹੜਾ ਮੈਨੂੰ ਆਖੇ ਉਹ ਬੜਾ ਕਰਦਾ ਛੋਟਾ ਮੇਰਾ ਹਾਂ ਉਹ ਤਾਂ ਖਾ ਠੀਕ ਹੈ ਸਾਰੀ ਮੋਟਰਸਾਈਕਲ ਤੇ ਬਿਠਾ ਲੈਂਦਾ ਵੀ ਚੱਲ ਮੱਛਰਾ ਹੋ ਤਾਂ ਹੈ ਵੀ ਕਿਹਾ ਮਹਾ ਮੈਨੂੰ ਰੜਕਿਆ ਨਹੀਂ ਉਹ ਹਾਂ ਚੱਲ ਜੇ ਨਾ ਛੋਟਾ ਆਇਆ ਤਾਂ ਫਿਰ ਮਲ ਤਾਂ ਕਿਧਰੇ ਗਿਆ ਨਹੀਂ ਆਪਾਂ ਬੈਨੇ ਆ ਤੂੰ ਕਾਹਾ ਨਾ ਕਰਿਆ ਕਰਾ ਹੁਣ ਆਹ ਤਾਂ ਫਿਰ ਇਹ ਕੰਮ ਚ ਹੋ
ਹੁਣ ਉਹ ਗੱਲ ਢਿੱਡ ਚ ਕੁਤਕੁਤੀਆਂ ਹੁੰਦੀਆਂ ਹੋਣਗੀਆਂ। ਚੱਲ ਕੋਈ ਨੀ, ਆ ਜਾ ਕੋਈ ਨੀ, ਆਪਾਂ ਕੀ ਲੈਣਾ, ਇੱਥੇ ਲਾ ਗਿਆ ਹੁਕਮ ਤੁਰਿਆ ਜਾਂਦਾ। ਚੱਲ ਚੱਕ ਲਿਆ ਤੇਰੀ ਸਲਾਹ ਹੈ, ਆ ਜਾ। ਮੇਰੀ ਗੱਲ ਸੁਣ, ਆ ਕਦੋਂ ਕਰਾ ਲੈ ਚਬੂਲੀ ਜੀ ਆਲੇ ਨਾਲ ਚੈਨੀ ਪਾਈ ਫਿਰਦੀ ਆ। ਦੇਖ ਲੈ ਜਦੋਂ ਮੇਰੀ ਐਨਵਰਸਰੀ ਸੀਗੀ ਉਹਨੇ ਰਾਣੀ ਹਾਰ ਲਿਆ ਕੇ ਦਿੱਤਾ ਸੀ, ਰਾਣੀ ਹਾਰ। ਭਾਬੀ ਰਾਣੀ ਹਾਰ ਤਾਂ ਮੇਰੇ ਲਵੇ ਸੁੱਖ ਨਾਲ ਦੋ ਪਏ ਨੇ, ਕਰਾਂ ਕੀ? ਦੇਖ ਲੈ ਤੇਰੇ ਸਾਹਮਣੇ ਕਹਿੰਦਾ ਸੀ, ਕਹਿੰਦਾ ਐਡੇ ਐਡੇ ਕਾਂਟੇ ਪਾ ਕੇ ਤਰੁੱਪੀ, ਜੇ ਰਸਤੇ ਤੇ ਕੋਈ ਚੋਰ ਚੱਕਾ ਟੱਕਰ ਜਾਂਦਾ ਫੇਰ। ਨਾਲੇ ਸਾਡਾ ਤਾਂ ਕਾਰੋਬਾਰ ਬਾਲਾ ਵੱਡਾ ਭੈਣੇ, ਬਾਲਾ ਕਾਰੋਬਾਰ ਵੱਡਾ। ਐ ਕੰਚ ਵਾਲੀ ਦੇਖ ਲੈ ਕੋਠੀ ਆ, ਐ ਉੱਤੇ ਖੜ ਕੇ ਚਾਹ ਪੀਨੀ ਆ ਮੈਂ ਤਾਂ। ਪੈਸਾ ਹੈ ਉਹ ਫਿਰ ਐਂ ਕੰਚਾ ਰਾਹੀਂ ਨਾ ਨਾ ਇਹ ਜੀ ਉਹ ਭਾਈ ਆ ਗਏ ਭਾਈ ਜੀ ਆ ਗਏ ਆ ਗਏ ਆ ਜਾ ਵੇਖ ਲੈ ਚਾਹ ਪੀ ਲੈਣ ਦੇ ਕਹੀ ਨਾ ਕੁਛ ਆ ਕਹਿਣਾ ਕੀ ਹੈ ਚਾਹ ਪੀ ਲੈਣ ਦੇ ਹਾਂ ਇਹਨਾਂ ਨੂੰ ਤਾਂ ਪੀ ਲੈਣ ਦੇ ਥੋੜੀ ਸ਼ਰਮਾ ਅਸੀਂ ਤਾਂ ਰੱਖਦੇ ਫਿਰਨਾ ਭੁੱਖਣ ਪਾਣੇ ਆ ਬਾਜ਼ਾਰ ਲੈ ਦੇਖ ਲੈ ਮੈਂ ਵੀ ਕਿਹੜੇ ਵੇਲਾ ਦਾ ਖੇਤ ਗਿਆ ਭਾਈ ਉਹ ਨਹੀਂ ਮੇਰਾ ਮੋਟਾ ਚਾਹ ਪਣੀ ਭੇਜ ਦਿੰਦੇ ਇਹਦਾ ਵਿਕਰਾ ਦੇਖ ਲੈ ਇਹਨੇ ਖੁਰਕ ਖੁਰਕ ਮਾਂ ਦੀ ਧੀ ਨੇ ਪਿੰਡਾ ਠਾਰਿਆ ਚਾਹ ਪੀਣ ਨਹੀਂ ਹੜ ਉਹ ਚੱਲ ਕੋਈ ਨਹੀਂ ਡਾਕਟਰ ਨੇ ਕਹਿੰਦਾ ਕਹਿੰਦਾ ਭਾਈ ਚਾਹ ਨਾ ਪੀ ਬਸ ਬਸ ਠੀਕ ਹੈ ਠੀਕ ਹੈ ਤੁਸੀਂ ਨੀ ਦਾਰੂਆਂ ਪੀਂਦੇ ਹੋਵੋਗੇ ਦਾਰੂ ਤਾਂ ਮੇਰੇ ਸਾਰਾ ਦੇਖ ਲੈ ਚਿੰਤੋ ਦੇ ਮੁੰਡੇ ਦੇ ਵਿਆਹ ਤੇ ਕਿੰਨਾ ਗਾਹ ਪਾਇਆ ਸੀ ਤੁਸੀਂ ਮੁੰਡੇ ਦੇ ਵਿਆਹ ਨੂੰ ਕੀ ਪਟਕੀ ਜਦੋਂ ਬਚਨ ਦੇ ਪੋਤੇ ਦਾ ਵਿਆਹ ਸੀ ਉਹਨਾਂ ਦੇਖ ਲੈ ਅਕੇ ਚਾਹ ਨਾਲ ਤਾਂ ਮੇਰਾ ਤਜਾਬ ਬਣਦਾ ਦਾਰੀਆਂ ਨਾਲ ਨਹੀਂ ਬਣਦਾ ਦਾਰੂ ਦੀ ਗੱਲ ਹੋਰ ਹੈ ਭਾਈ ਦਾਰੂ ਦੀ ਤਾਂ ਗੱਲ ਹੋਰ ਹੈ ਵਾਲੀ ਗੱਲ ਕੀ ਕਰਦਾ ਵਿਕਰਾ ਕਿਸੇ ਟਾਈਮ ਡਾਕਟਰ ਵੀ ਕਹਿੰਦਾ ਵੀ ਪੀਓ ਤਾਂ ਦਾਰੂ ਤਾਂ ਦਾਰੂ ਪੀਣੀ ਚਾਹੀਦੀ ਹੈ ਦਾਰੂ ਕੋਲੇ ਹੋਇਆ ਮੇਰਾ ਸਾਲ ਕੱਢਦਾ ਬੜੀਆ ਲੀਵਰ ਅੰਦਰ ਜਾ ਕੇ ਮੇਰੀ ਗੱਲ ਸੁਣ ਲੈ ਮੇਰੀ ਚਾਹ ਨੂੰ ਮਾੜਾ ਨਾ ਕਹਿ ਦੀ ਨਾਲੋ ਕਿਹੜਾ ਡਾਕਟਰ ਇਹ ਜਿਹਾ ਮਲੰਗ ਮੈਨੂੰ ਕਹਿੰਦਾ ਵੀ ਦਾਰੂ ਪੀਓ ਦਾਰੂ ਪੀ ਕੇ ਬੋਲਦੇ ਨੀ ਸਾਡਾ ਮਲ ਨੀ ਦਾਰੂ ਪੀਂਦਾ ਹਾਂ ਹਾਂ ਇਹਨਾਂ ਦਾ ਮਲ ਨੀ ਪੀਂਦਾ ਇਹਨਾਂ ਦਾ ਮਲ ਨੀ ਪੀਂਦਾ ਕੋਈ ਨੀ ਸਾਡੂ ਆ ਮੇਰੀ ਵੀ ਗੱਲ ਸੁਣ ਲੈ ਦਾਦੂ ਨੀ ਪੀਣੀ ਪਈ ਜਾਣ ਦੇ ਜਿਹੜੀ ਹੁਣ ਚਾਹ ਤਾਂ ਸੂਏ ਦਾ ਪਾਣੀ ਜਾ ਕਰਕੇ ਦੇ ਦੇਣਗੇ ਚਾਹ ਨੀ ਮੈਂ ਪੀਂਦਾ ਚਾਹ ਤਾਂ ਮੈਂ ਕਿਆ ਹੋਇਆ ਇਹਨੂੰ ਵੇਖਣ ਨੂੰ ਚੱਲਿਆ ਹੁਣ ਸਮਾਨ ਮੇਰੀ ਗੱਲ ਸੁਣ ਗੁੜ ਦੀ ਚਾਹ ਡੰਗ ਵਰਦੀ ਜਦੋਂ ਪੁੱਤ ਪੜ ਲਈ ਨਾ ਸਾਰੇ ਦੁੱਖ ਮਿਟ ਜਾਣਗੇ
ਇਹਨਾਂ ਦੇ ਘਰੇ ਹੁਣ ਦਾਰੂ ਨੇ ਦੀ ਮਾਲਣੇ ਪਿਆਈ ਸੀ ਉਹਦੇ ਲੜਾਈ ਪੜਾਈ ਹੋ ਗਈ ਦੇਖ ਬਾਈ ਨੇ ਪੀਣੀ ਨਹੀਂ ਹੈਗੀ ਹਾਂ ਕਈ ਬਣਾ ਦੇ ਬਾਈ ਦਾਰੂ ਪੀਉਣ ਦੀ ਲੋੜ ਨਹੀਂ ਹੈਗੀ ਇਹਨਾਂ ਨੂੰ ਹੁੰਦੀ ਨਹੀਂ ਹੈਗੀ ਹਾਂ ਬਾਹੋਂ ਪੀ ਕੇ ਆ ਜਾਾਂਗੇ ਬਕਰਾ ਉਹ ਤਾਂ ਠੀਕ ਆ ਸਾਡੂਆ ਇੱਕ ਮਤਲਬ ਹੋਰ ਗੱਲ ਕਹਿਣ ਲੱਗਾ ਸੀ ਵੀ ਦਾਰੂ ਤਾਂ ਤੂੰ ਚੱਲ ਪੀ ਲਈ ਪੀਣ ਵਾਲੀ ਤੇ ਜੇ ਮੇਰੀ ਸਾਲੀ ਨੂੰ ਨਾ ਉੱਚਾ ਨੀਵਾਂ ਬੋਲੀ ਇੱਥੇ ਤੂੰ ਮਿਲਣ ਨਾ ਆਇਆ ਤੂੰ ਮਿਲਣ ਨਾ ਮੈਂ ਇਹਨੂੰ ਘੜੂ ਉੱਥੇ ਨਾ 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 ਹਾਂ ਇਹਨੂੰ ਮੈਂ ਘੜੂ ਬਿਲਕੁਲ ਤੇ ਨਾਲੇ ਇਹ ਗੱਲ ਬੋਲਣ ਦੀ ਨਹੀਂ ਅਕਲ ਬੰਦੇ ਨੂੰ ਵੀ ਉਹ ਤਾਂ ਠੀਕ ਬਾਹਰ ਰਿਸ਼ਤੇਦਾਰੀ ਚ ਕਿਵੇਂ ਬੋਲਦਾ ਹੁੰਦਾ ਮੈਂ ਇਹੀ ਗੱਲ ਪੁੱਛਦਾ ਸੀ ਵੀ ਜਦੋਂ ਤੇ ਤੁਸੀਂ ਆਏ ਹੋ ਨਾ ਤਾਂ ਤਾਇਆ ਚੱਜ ਨਾਲ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ ਆ ਸਾਲੀ ਨੇ ਤਾਂ ਜਮੀ ਨਹੀਂ ਕਿਹਾ ਵੀ ਜੇ ਤੂੰ ਤੱਕ ਰਹਿ ਕੇ ਮਾਰਾ ਤੈਨੂੰ ਇੰਨੀ ਕਾਕਰ ਵੀ ਨਹੀਂ ਹੈਗੀ ਦੇਖ ਲੈ ਪਰ ਆਈ ਸੀ ਸਤਿ ਸ੍ਰੀ ਅਕਾਲ ਤਾਂ ਬੁਲਾਉਂਦੀ ਐਡੀ ਅਕਲ ਕਿੱਥੇ ਆ ਐਡੀ ਅਕਲ ਹੈ ਹੀ ਨਹੀਂ 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 ਓਏ ਉਹਨੂੰ ਤਾਂ ਅਕਲ ਹੈਗੀ ਤੂੰ ਕਹਿ ਕੇ ਲਿਆ ਵੀ ਚੱਜ ਨਾਲ ਬੁਲਾਈ ਨਾ ਮੈਂ ਸਮਝਦਾ ਨਹੀਂ ਲੈ ਮੇਰੇ ਕੋਲ ਕਿਹੜਾ ਜੋੜੇ ਨੀ ਹੈਗੇ ਸਾਡੂ ਤੂੰ ਐ ਮੈਨੂੰ ਨਾਂਗੀ ਸਾਹਿਬ ਲੈ ਜਾਓ ਉਹ ਨਹੀਂ 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 ਨਾ ਇਹ ਹੁਣ ਉੱਥੇ ਕਿਸੇ ਦੀਆਂ ਲਾਈਆਂ ਪੰਜਾਂ ਦੀ ਪਾ ਦੇ 100 ਦੀ ਪਾਉਣਾ ਚੱਪਲ ਆਫਸਰ ਚੱਪਲ ਆਹੋ ਇਹ ਛੜਾ ਚੱਲ ਚੰਗਾ ਆਪਾਂ ਕੰਮ ਕਰ ਲਈਏ ਤੇ ਜਾਏ ਜਾਏਗੇ ਨੇ ਹੈਗੇ ਨੇ ਤੁਸੀਂ ਵੀ ਕੰਮ ਧੰਦਾ ਕਰ ਲਓ ਤੇ ਜਾਣਾ ਸੱਚ ਤੁਸੀਂ ਰਹਾਂਗੇ ਜਿੱਦਾਂ ਅੱਜ ਦਾ ਰਹਾਂਗੇ ਤੈਨੂੰ ਕੀ ਨਾ ਕਹਿੰਦਾ ਬਕਰਾ ਰਹੀ ਹੈ ਰਹਾ ਰਹੇ ਰਹੋ ਹਾਂ ਸਵੇ ਕੀ ਗੱਲ ਕਰਦੀ ਸੀ ਮਕਾਬ ਦੇ ਘਰੇ ਜਾਈ ਚੰਗਾ ਬੰਦਾ ਹਾਂ ਤੂੰ ਭਾਵ ਦੇ ਕਰੀ ਬੈਠੀ ਯਾਰ ਦੇ ਕੋਈ ਨਹੀਂ ਭਾਵ ਦੇ ਕਰੀ ਬੈਠੀ ਇਹਦਾ ਸ਼ਰਮ ਤਾਂ ਨਹੀਂ ਮੰਨਦੀ ਗੱਲ ਤਾਂ ਇਹੀ ਹੈ ਸ਼ਰਮ ਨਹੀਂ ਮੰਨਦੀ ਇਹ ਇਹਨੂੰ ਕੀ ਹੈ ਸ਼ਰਮ ਨਹੀਂ ਮੰਨਦੀ ਇਹ ਮੈਂ ਜਾਬ ਦੇ ਕਰੀ ਹਾਂ ਮੈਂ ਕਿੱਥੇ ਜਾਣਾਗਾ ਹੋਰ ਚੱਲ ਕਿੱਥੇ ਜਾ ਨਾ ਦਾ ਪਤਾ ਕਹੇ ਨਹੀਂ ਭਾਈ ਕੋਈ ਚੱਪ ਕੱਪ ਰਾਸ ਲੈ ਚੱਲ ਮਾਈ ਚੱਲ ਕੋਈ ਨਹੀਂ ਚੱਲ ਬਾਜਾ ਨਹੀਂ ਤੂੰ ਵੀ ਜੇ ਮੇਰੀ ਗੱਲ ਸੁਣ ਲਾ ਨਾ ਹੋ ਨਹੀਂ ਬਾਜਾ ਸੀ 100 ਗੱਲ ਕਰਨੀ ਆ ਇਹ ਵੀ ਹੈ ਨਹੀਂ ਅਕਲ ਕੋਈ ਕੋਈ ਨਹੀਂ ਭਾਈ ਫਿਰ ਇਹ ਵੱਡੀ ਨੂੰ ਮੇਰੀ ਸੰਗਤੀ ਹੋਏ ਵੀ ਹੱਸੀ ਮੈਂ ਤੈਨੂੰ ਐਂ ਕਹਿਣਾ ਬਾਲੀ ਮਿੰਟ ਕਰਨ ਦੀ ਲੋੜ ਨਹੀਂ ਜੀ ਕਰ ਚੱਲ ਪਿੰਡ ਚਲੀਏ ਉਹ ਯਾਰ ਕਮਾਲ ਦੀ ਗੱਲ ਆ ਸਾਡੂ ਤੂੰ ਹੀ ਕਹੀ ਜਾਂਦਾ ਹਜੇ ਤਾਂ ਬਾਤਾਂ ਬੂਤਾਂ ਪਾਵਾਂਗੇ ਅੱਜ ਤੁਸੀਂ ਰਹੋ ਬਾਤਾਂ ਕਿਹੜੀਆਂ ਪਾਏਗਾ ਤੂੰ ਤੇ ਖੇਡਾ ਪਈ ਖੜਾ ਨਾ ਤਾਂ ਦੱਸ ਦੇਉਂਗੇ ਤੇਰਾ ਜੱਫ ਲੱਗੂ ਮੇਰੇ ਨਾਲ ਐਵੇਂ ਹੀ ਲੱਗੂ ਜੱਫ ਮੇਰੀ ਗੱਲ ਸੁਣ ਲੈ ਉਹਰੇ ਪੈਗ ਲਾ ਕੇ ਆਪਣੇ ਜਾਗੋ ਦੀ ਕੱਢਣੀ ਹੈਗੀ ਮੈਂ ਤਾਂ ਤੈਨੂੰ ਐਂ ਕਹਿੰਨੀ ਆ ਆਪਾਂ ਇੱਕ ਦੋ ਦਿਨ ਲਾਵਾਂਗੇ ਦੁੱਖ ਸੁੱਖ ਕਰਾਂਗੇ ਠੀਕ ਹੈ ਨਾਲੇ ਤਾਂ ਦੇਖ ਤੈਨੂੰ ਪਤਾ ਹੈ ਨਾ ਜਦੋਂ ਜਾਏ ਕੋਈ ਗੱਲ ਨਹੀਂ ਹੋਈ ਬਾਤ ਨਹੀਂ ਹੋਈ ਕੀ ਫਾਇਦਾ ਫਿਰ ਆਇਆ ਤਾਂ ਜਦੋਂ ਪੈਣ ਪਈ ਤਾਂ ਦੁੱਖ ਸੁੱਖ ਨਾ ਸੁਣ ਮੈਨੂੰ ਚਾਹੇ ਮਹੀਨਾ ਰੱਖਦਾ ਮੇਰਾ ਸਾਲਾ ਜਮ ਹੀ ਨਹੀਂ ਅੱਖ ਵੱਟ ਕੇ ਕਹਿੰਦਾ ਇਤੋਂ ਦਾਰੂ ਮੰਗਾ ਦੇ ਕੋਈ ਨਾ ਲੈ ਕਮਾਲ ਦੀ ਗੱਲ ਹੈ ਗੱਲਾਂ ਦਾ ਫਿਰ ਕਮਾਲ ਦੀ ਨੇ ਦਾਰੂ ਲਿਆ ਦੇ ਨਹੀਂ ਤੇਰੇ ਨਾਲ ਜਫ ਹੋਊਗਾ ਮੇਰੇ ਸਾਡੂ ਅੱਤੇ ਮੇਰੇ ਜੀਜੇ ਨੇ ਭੈਣ ਦੇ ਸਿਰ ਤੇ ਹੱਥ ਧਰ ਕੇ ਸੌਂ ਖਾਦੀ ਦੀ ਵੀ ਅੱਜ ਤੋਂ ਬਾਅਦ ਮੈਂ ਦਾਰੂ ਪੀਂਦਾ ਨਹੀਂ ਇਹ ਰਿਸ਼ਤੇਦਾਰੀ ਦਾ ਮਾਮਲਾ ਹੁੰਦਾ ਜਿਹੜਾ ਉਹ ਫਿਰ ਨੂੰ ਫਿਰ ਪੂਰੀ ਗੱਲ ਪਤਾ ਨਹੀਂ ਸੌਂ ਖਾਦੀ ਦੀ ਕਿਉਂ ਖਾਦੀ ਦੀ ਵੀ ਮੈਂ ਫ੍ਰੀ ਨਹੀਂ ਪੀਂਦਾ ਮੰਨ ਲਓ ਕਿ ਫ੍ਰੀ ਪੀਉਂਗਾ ਵੀ ਮੰਨ ਨਹੀਂ ਪੀਂਦਾ ਫ੍ਰੀ ਤੇ ਤਾਂ ਪੀ ਲੇਗਾ ਫ੍ਰੀ ਤਾਂ ਆਪਾਂ ਪੀ ਲੈਨੇ ਆ ਯਾਰ ਆਪ ਦੀ ਕੱਢ ਕੇ ਆਪ ਦੀ ਕੱਢ ਕੇ ਪੀ ਲੈਨੇ ਆ ਆਪ ਦੀ ਕੱਢ ਕੇ ਪੀ ਲੈਨੇ ਆ ਉਹਦਾ ਫਿਰ ਮੂਤ ਹੈ ਉਹਦਾ ਮੂਤ ਕੌਣ ਕਹਿੰਦਾ ਉਹ ਕਹਿੰਦਾ ਯਾਰ ਕਮਾਲ ਦੇ ਤਾਂ ਵੀੜੀ ਆ ਯਾਰ ਸਾਡੂ ਇਹ ਕੋਟੂ ਦੀ ਵੀੜੀ ਆ ਇਹ ਕਾਦੀ ਵੀੜੀ ਹੋ ਗਈ ਤੂੰ ਕਹਿ ਦੇ ਲੈ ਮੈਂ ਪਿਆ ਦੇ ਨਾਲ ਪਹਿਲਾਂ ਤੂੰ ਪਿਆ ਦੇ ਮੈਂ ਤੈਨੂੰ ਮੰਗ ਰੋਂ ਪਿਆ ਤੂੰ ਤੇ ਵੀੜੀ ਹੋ ਜੂ ਚੱਲ ਐ ਕਰ ਲੈ ਨਾਲੇ ਤਾਂ ਮਨਜੀਤ ਨਹੀਂ ਹੈਗੀ ਤੂੰ ਪਹਿਲਾਂ ਤੂੰ ਵਧੀਆ ਮਗਾ ਲੈ ਉਦੋਂ ਮਗਰ ਮੈਂ ਮਗਾ ਲੂ ਮੇਰਾ ਸਾਲ ਕੋਲ ਸੂਈ ਮੇਰੇ ਤੇ ਵੀ ਮੈਂ ਤੇਰੇ ਕੋਲੇ ਆ ਕਿ ਤੂੰ ਮੇਰੇ ਕੋਲੇ ਮੇਰੇ ਕੋਲੇ ਜਾਈ ਮੇਰਾ ਸਾਲ ਕਿਹੜਾ ਤੈਨੂੰ ਮੇਰੀ ਗੱਲ ਸੁਣ ਇਹਨੂੰ ਤੋੜ ਦੇ ਬੱਕਰਾ ਮੈਂ ਛੋਲੇ ਸੱਟ ਇਹਨੂੰ ਤੋੜ ਦੇ ਉਹ ਮੇਰੀ ਸਾਲੀਆ ਕੋਲੇ ਖੜੀ ਸੁਣਾ ਸੁਣਾ ਅੱਜ ਤੱਕ ਕਹਿੰਦੇ ਆਪਦੇ ਸੜੇ ਹੋਏ ਮੂੰਹ ਕਿ ਮੇਰਾ ਕਦੇ ਨਾ ਨਹੀਂ ਗਿਆ ਆ ਦੇਖ ਲੈ ਤੇਰੇ ਮੂੰਹ 'ਚ ਜਦੋਂ ਬੋਲੀ ਮਨਜੀਤ ਹਾਂ ਮਨਜੀਤ ਫਿਰ ਮੈਂ ਤਾਂ ਸਾ ਨਾ ਲੈਂਦੇ ਹਾਂ ਕੋਈ ਇਸ ਕਰ ਲੈ ਸੜੇ ਹੋਏ ਬੰਦੇ ਤੇਰੀ ਗੱਲ ਤਾਂ ਹੈ ਨਹੀਂ ਨਾ ਉਹਨਾਂ ਵਾਲੀ ਹੈ ਨਹੀਂ ਉਹ ਬਸ ਕਰ ਸਾਡੂਆ ਓਏ ਨਹੀਂ ਕੰਮ ਕਰ ਲੈ ਆਪਦਾ ਜਾ ਕੇ ਇਹ ਤਾਂ ਯਾਰ ਸਾਡੂਆ ਸੱਚੀ ਹੈ ਮੇਰੀ ਗੱਲ ਸੁਣ ਲੈ ਯਾਰ ਕੀ ਸੁਣ ਲੈ ਪਹਿਲਾਂ ਮੇਰੀ ਸੁਣ ਲੈ ਇਹ ਤਾਂ ਸਾਲੀ ਨਾਲ ਸੱਚੀ ਬਸ ਜੇ ਮੇਰੇ ਘਰੇ ਹੁੰਦੀ ਮੈਂ ਤਾਂ ਇਹਨੂੰ ਫੁੱਲਾਂ ਵਾਂਗੂ ਸਮਝਾਮ ਰੱਖਦਾ ਮੈਂ ਮੰਗੂਦਾ ਮੇਰਾ ਸਾਰਾ ਕੰਡਿਆਂ ਤੋਂ ਵੀ ਭੇੜੀ ਆ ਤਾਂ ਫੇਰਿਆ ਕਰਾ ਅਕਲ ਇਹਨੂੰ ਵੀ ਹੁਣ ਐਂ ਸਾਹ ਬੁਲਾ ਲੈ ਤੈਨੂੰ ਬੁਲਾਈਏ ਸਤਿ ਸ੍ਰੀ ਅਕਾਲ ਚੱਲ ਮੈਨੂੰ ਸਤਿ ਸ੍ਰੀ ਅਕਾਲ ਤਾਂ ਨਹੀਂ ਬੁਲਾਈ ਬੋਲਦੀ ਬਹੁਤ ਮਿੱਠਾ ਹੈ ਯਾਰ ਤੂੰ ਦਾਰੂ ਲਿਆ ਯਾਰ ਮੇਰੇ ਵਾਲੀਆਂ ਕਿਦਾਂ ਨਾ ਅੱਛਾ
ਉਹ ਮੈਨੂੰ ਐ ਸੀ ਮੈਂ ਚੱਲ ਮੱਲ ਸਿਉਂ ਆ ਜੂਗਾ ਮੱਲ ਦਾ ਭੈਣ ਮਰਾਵੇ ਮੱਲ ਮਥੋ ਮੱਲ ਦਾ ਨਾ ਟੋਕਣਾ ਕਟਾ ਦੀ ਮੈਂ ਜਿਹੜੀ ਗੱਲ ਕਹਿਣਾ ਤੂੰ ਮੈਨੂੰ ਦਾਰੂ ਲੈ ਆ ਕੋਈ ਨੀ ਤੂੰ ਆ ਮੈਂ ਚਾਹ ਨਹੀਂ ਪੀਂਦਾ ਮੱਝਾਂ ਨੂੰ ਪਾਣੀ ਪਿਆ ਦਿਆਂ ਤੇ ਫਿਰ ਮੈਂ ਮੰਗਾ ਲੈਣਾ ਕੋਈ ਨੀ ਮੰਗਾਉਣਾ ਮੱਝਾਂ ਦਾ ਪਾਣੀ ਪਿਆ ਦਿਆਂ ਮੇਰਾ ਹੜਕ ਸੁੱਕੀ ਜਾਂਦਾ ਯਾਰ ਬਸ ਤੂੰ ਬਹਿ ਜਾ ਮੈਂ ਆ ਬਸ ਨਾ ਲੂ ਲੈ ਆ ਮੇਰਾ ਸਾਲ ਕੜਾ ਇਹ ਕਮਾਲ ਦੀ ਗੱਲ ਕਰੀ ਜਾਂਦਾ ਉਹ ਦੇਖ ਲੈ ਹੈ ਮਾਂਗਰੋਂ ਖੁਰਕ ਕੇ ਕਦੇ ਇਧਰ ਨੂੰ ਲਾਂਗਾ ਕਦੇ ਇਧਰ ਨੂੰ ਲਾਂਗਾ ਮੈਂ ਕੱਲ ਦਾ ਦਾਰੂ ਕਰੀ ਜਾਂਦਾ ਤੜਕੇ ਦਾ ਦਾਰੂ ਉਹ ਦਾਰੂ ਆ ਕਿਹੜਾ ਪਿਆ ਓਏ ਕਿਹੜਾ ਇਹ ਚਾਦਰੇ ਜਿਹੜਾ ਕਿਹੜਾ ਬਈ ਓ ਮਾਸੜ ਓ ਪਰੀ ਪੈਣਾ ਮਾਸੜਾ ਪਰੀ ਪੈਣਾ ਤੇਰਾ ਓਏ ਓ ਮਾਸੜਾ ਓਏ ਓ ਪਿੰਡੇ ਦਾ ਤਾਂ ਹੌਲੀ ਹੌਲੀ ਮਾਰ ਲਾ ਕੋਈ ਨੀ ਉਹ ਸਰੀਰ ਨਾਚ ਕਰ ਤੇਰਾ ਥੋੜਾ ਜਾ ਕਿੱਧਰ ਵਗ ਗਿਆ ਦੀਵਾ ਤੜਕਦਾ ਦੇਖੀ ਜਾਂਦਾ ਮਹਾ ਛੋਟਾ ਮੁੰਡਾ ਨਹੀਂ ਨੀਂਦਾ ਮੇਰਾ ਉਹ ਮਾਸੜਾ ਮਦਾ ਵਿਆਹ ਗਿਆ ਸੀ ਵਿਆਹ ਮੇਰਾ ਥੋੜਾ ਜੇਠਾਰ ਚ ਹੈ ਕਿਨੇ ਵਿਆਹ ਧਰ ਲੈ ਸੌਣ ਚ ਓਏ ਉਹਦਾ ਹੁੰਦਾ ਨਹੀਂ ਸੀ ਅੱਛਾ ਅੜਿਆ ਵਾਲਾ ਦੀ ਅੜਿਆ ਵਾਲਾ ਜੁਣਾ ਕਿ ਵੀ ਚੱਲ ਦੱਬ ਦੇ ਗਿੱਲੀ ਹੁਣ ਕਰ ਲਾ ਜਿਹੜੀ ਰੁੱਤ ਮਾਰ ਅੱਛਾ ਆਪਣੀਆਂ ਜੀ ਵਾ ਗਿਆ ਵਿਆਹ ਓਏ ਉਹ ਫਿਰ ਹੁਣ ਬੇਟਰਾਂ ਵਾਲਾ ਕੀ ਦੱਸਾਂ ਤੈਨੂੰ ਹੈ ਉਹ ਕੁਛ ਨਹੀਂ ਅੱਛਾ ਉਹ ਫਿਰ ਵਿਆਹ ਚ ਦੀ ਜਾਂਦਾ ਤੂੰ ਪਹਿਲਾਂ ਮੈਂ ਦੱਸਿਆ ਉਹਦਾ ਕਹਿੰਦੇ ਪੁਰਾਣੇ ਨੂੰ ਪਰਾਂ ਹਟਾਓ ਪਹਿਲਾਂ ਮੁੰਡੇ ਨੂੰ ਲਿਓ ਅੱਛਾ ਹੋਰ ਮੈਂ ਪਿੱਛੇ ਵਗ ਗਿਆ ਫਿਰ ਮੈਂ ਜਦ ਕਾਹਨੂੰ ਆਏ ਇਤਨਾ ਪੈਣੀ ਨਹੀਂ ਰਿਸ਼ਤਾ ਹੁੰਦਾ ਠੀਕ ਆ ਪਾਡਾ ਤੂੰ ਵੀ ਮੇਰੇ ਵਾਂਗੂ ਲਾ ਲਾਣਾ ਨਹੀਂ ਵਧੀਆ ਵਧੀਆ ਇੰਨਾ ਨਹੀਂ ਹੈਗਾ ਠੀਕ ਹੈ ਤੇਰੀ ਬੀਬੀ ਆਈ ਨਹੀਂ ਭੋਗ ਤੋਂ ਓਏ ਆ ਗਈ ਹੈ ਆ ਗਈ ਮੇਰੀ ਤਾਂ ਹੈ ਨਹੀਂ ਮਤੌਰੀ ਪਿਆ ਮਸੜਾ ਹਾਂ ਚਾਦਰੇ ਤਾਂ ਫਰਨ ਫਰਨ ਹਵਾ ਆਉਂਦੀ ਹੋਣਾ ਸਿੱਧੀ ਕਿਹਨੂੰ ਕਹਿੰਦਾ ਐ ਸਾਹਬ ਨਾਲ ਗੱਲ ਕਰ ਮੈਂ ਖੌਂਸੜਾ ਮਾਰੂ ਆ ਤੈਨੂੰ ਹੀ ਕਹਿਣਾ ਹਾਂ ਇਹਦਾ ਐਂ ਤਾਂ ਬਾਇਆ ਹੋ ਕੇ ਆਉਂਦੀ ਆ ਬਸ ਸਿੱਧੀ ਵਧੀਆ ਲੱਤਾਂ ਨੂੰ ਤੈਨੂੰ ਗਰਮਾਇਸ਼ ਨਹੀਂ ਹੁੰਦੀ ਨਾ ਉਹ ਲੱਤਾਂ ਨੂੰ ਕਿਹਾ ਹਾਂ ਹਾਂ ਨਾ ਮੈਂ ਅੱਜ ਕੱਲ ਮੁੰਡੇ ਸ਼ਰਾਰਤ ਗੱਲ ਕਰਦੇ ਸ਼ਰਾਰਤੀ ਅਨਸਰ ਚਾਹ ਚੂ ਪੀ ਲਈ ਚਾਹ ਕਿਹੜਾ ਦਿੱਤਾ ਪੋਕਣਾ ਮੈਂ ਤੇਰੇ ਪਿਓ ਦੇ ਮਗਰ ਮੂਹਰੇ ਫਿਰਦਾ ਤੜਕਦਾ ਜਿਵੇਂ ਭੇੜ ਮਗਰ ਲੇਲਾ ਫਿਰਦਾ ਹੁੰਦਾ ਮਾਂ ਭਾਈ ਪੇਗਲ ਵਾ ਦੇ ਮੇਰਾ ਸਾਲਕੜਾ ਏਡਾ ਸੂਮ ਹੈ ਏਡਾ ਸੂਮਾ ਕਹੇਗਾ ਕੀ ਕਹਿੰਦਾ ਮੈਨੂੰ ਕਹਿੰਦਾ ਤੂੰ ਸਟਾਰਟ ਕਰ ਪਹਿਲਾਂ ਸਟਾਰਟ ਨੂੰ ਮੈਂ ਮੇਰਾ ਸਾਲ ਕੀ ਹੈਂਡਲ ਮਾਰਨਾ ਹੈ ਮਾਸੜਾ ਲਿਆ ਕੇ ਦੇ ਲੈ ਮੈਨੂੰ ਕਹਿੰਦਾ ਮੈਂ ਲਿਆਉਂਦਾ ਸੋਹਣਾ ਲੱਗਦਾ ਮੇਰੀ ਗੱਲ ਸੁਣ ਮਾਸੜਾ ਅੱਗ ਤਾਂ ਉੱਤੋਂ ਪਈ ਜਾਂਦੀ ਆ ਉੱਤੋਂ ਅੰਦਰ ਅੱਗ ਸਿੱਟੀ ਜਾਂਦਾ ਇਹਦਾ ਲੋਹੇ ਨੂੰ ਹੀ ਲੋਹਾ ਕੱਢਦਾ ਪੁੱਤੋਂ ਓਏ ਇਹਦਾ ਅੱਗ ਨੂੰ ਅੱਗ ਮਾਰਦੀ ਹੈ ਓਹੋ ਮਾਸੜਾ ਤੇਰਾ ਵੀ ਜਮਾ ਸਰਾ ਹੀ ਪਿਆ ਹਨਾ ਤੂੰ ਐਰ ਜੀ ਅੱਗ ਮਾਰੇਂਗਾ ਕਿਤੇ ਆਪ ਹੀ ਨਾ ਤਾਂ ਸਾਨੂੰ ਚੜ ਜੀ ਇਹਦਾ ਸਾਰਿਆਂ ਨੇ ਹੀ ਜਾਣਾ ਇਹ ਤਾਂ ਜਦੋਂ ਚਿੱਠੀ ਆ ਗਈ ਇਹ ਤਾਂ ਕੋਈ ਰਹਿ ਸਕਦਾ ਇੱਥੇ ਅੱਛਾ ਹਾਂ ਵਿਹਲਾ ਸੀ ਫਿਰ ਵਿਹਲਾ ਸੀਗਾ ਮਹਾਂ ਚਲੋ ਤੇਰੀ ਮਾਸੀ ਕਹਿੰਦੀ ਵੀ ਮੈਂ ਭੈਣ ਕੋਲੇ ਜਾਣਾ ਹਾਂ ਮਹਾਂ ਚਲ ਮੈਨੂੰ ਵੀ ਅਸਲ ਮੋਜ ਆਇਆ ਸਾਲੀ ਦਾ ਮਹਾਂ ਚਲ ਮੈਂ ਸਾਲੀ ਕੋਲੇ ਜਾਣਾ ਸਾਲੀ ਮੇਰੇ ਸਾਲ ਦੀ ਭੋਗਾਂ ਤੇ ਫਿਰੀ ਜਾਂਦੀ ਹੈ ਦੱਸ ਪਤਾ ਨਹੀਂ ਕਿਉਂ ਲਾਗ ਬਣੇ ਦਾ ਕੰਮ ਕਰਦੀ ਹੈ ਮੋਹ ਤਾਂ ਕਾਹਨੂੰ ਆਇਆ ਦਾਣੇ ਦੋਣੇ ਮੁੱਕ ਗਏ ਹੋਣਗੇ ਵੀ ਇੱਧਰ ਨੂੰ ਬਾਅਦ ਚੱਲਦੇ ਆ ਵੀ ਐਵੇਂ ਬਸ ਵੀ ਚੱਲ ਮੋਹ ਆ ਗਿਆ ਤੈਨੂੰ ਮਾਂ ਵਾਂਗੂ ਤੂੰ ਵੀ ਕੁਸਰ ਮੁਸਰ ਜਿਹਾ ਜ਼ਿਆਦਾ ਕਰਦਾ ਗੱਲ ਸਿੱਧੀ ਹਿੱਕ ਚ ਮਾਰਿਆ ਕਰ ਜਿਹੜੀ ਕਰਨੀ ਹੁੰਦੀ ਹੈ ਹਿੱਕ ਚ ਨਹੀਂ ਹਿੱਕ ਚ ਤਾਂ ਦੂਜੇ ਮਾਰਦੇ ਹੁੰਦੇ ਆ ਅਜਿਹਾ ਟੇਢੀ ਕਰਕੇ ਪੁੱਠੀ ਚਲਾਉਂਦੇ ਆ ਹੈਂ ਕੁਛ ਨਹੀਂ ਹੋਰ ਫਿਰ ਚਾਹ ਚੂ ਲਿਆਵਾਂ ਚਾਹ ਤਾਂ ਪੀਂਦਾ ਨਹੀਂ ਚਾਹ ਪੀਂਦਾ ਲੜਾਈ ਵਿੱਚ ਮੇਰਾ ਸਾਲਾ ਕੀ ਕੁਛ ਹੋ ਕੇ ਉੱਠਿਆ ਜੱਫ ਮਜੱਫੀ ਉਹ ਮਾਸੜਾ ਮੈਂ ਕੋਈ ਪੈਗ ਦੀ ਗੱਲ ਨਾ ਕਰੀ ਠੀਕ ਹੈ ਹੈ ਓਏ ਨਾ ਤਾਂ ਤੇਰਾ ਪਿਓ ਖੜਾ ਹੋ ਅੱਛਾ ਨਾ ਤਾਂ ਤੇਰਾ ਪਿਓ ਐਡਾ ਇਹ ਜਾਤੀਗਾ ਨਾ ਤੇਰੀ ਬੀਬੀ ਤੂੰ ਕੰਜਰ ਦਾ ਕੀਤੇ ਵਾ ਕਿਆ ਉਹ ਮਾਸੜਾ ਤਾਂ ਨਾ ਕੰਪਲੇਨ ਦੀ ਡੇਟ ਟੱਪੀ ਹੋਈ ਸੀ ਉਹ ਐਕਸਪਾਇਰ ਹੋ ਗਿਆ ਨਾਲੇ ਮੈਨੂੰ ਕਰ ਗਿਆ ਛਰਪੇ ਉਹ ਸਪਰੇ ਨਹੀਂ ਡੇਟ ਟੱਪੀ ਹੋਈ ਸੀ ਐਕਸਪਾਇਰ ਓ ਯਾਰ ਮਾਸੜਾ ਮੈਂ ਤਰੀਕ ਲੰਗੀ ਵਾਲੀ ਦਵਾਈ ਪੀ ਲਈ ਹਾਂ ਓ ਦਵਾਈ ਕਿਆ ਕਹਦੇ ਵਾਸਤੇ ਵੀ ਤੀ ਫੇਰੇ ਖੜੀ ਤੇਰੇ ਦਵਾਈ ਪੀਣ ਨੂੰ ਤੈਂ ਕਿਉਂ ਪੀਤੀ ਦਵਾਈ ਓਏ ਵੱਡਾ ਹੋਣ ਵਾਸਤੇ ਵੱਡਾ ਕਿੱਡਾ ਕਹੋਗਾ ਫਿਰ ਤੂੰ ਹੋਇਆ ਤਾਂ ਹੈ ਨਹੀਂ ਓ ਜਦੋਂ ਐਕਸਪਾਇਰ ਹੀ ਹੋ ਗਈ ਦੇਖ ਲੈ ਦਿਖਾ ਕੋਈ ਦਵਾਈ ਓ ਮਾਸੜਾ ਆਏ ਹਾਏ ਦਿਖਾ ਮੈਨੂੰ ਤਾਂ ਹੋਰ ਗੱਲਾਂ ਦੀਆਂ ਗੱਲਾਂ ਕਿ ਕਾਦਾ ਐਡੀ ਕੱਦੀ ਕੱਦ ਕਾਟਦੀ ਮੇਰੇ ਦਾ ਕਾਠੀ ਐਡੀ ਤੀ ਫਿਲਮਾਂ ਵਾਲੇ ਲੈ ਜਾਂਦੇ ਤੀ ਮੈਨੂੰ ਤਾਂ ਕਿਸੇ ਟਾਈਮ 'ਚ ਮੜੰਗਾ ਵੀ ਤੇਰਾ ਗੱਗੂ ਗੱਲ 'ਤੇ ਨਾ
ਜੱਟ ਜਾਣਾ ਮੋੜਤੀ ਪੈਂਦਾ ਮੇਰੇ ਕੋਲੇ ਆਇਆ ਜੀ ਗੱਗੂ। ਅੱਛਾ ਮੇਰਾ ਸਮਝ ਰੇਟ ਨਹੀਂ ਬਣਿਆ। ਕਿਵੇਂ ਕੀ ਗੱਲ ਹੋ ਗਈ ਸੀ? ਰੇਟ ਕੀ ਹੁੰਦਾ? ਕਹਿੰਦੇ ਭਾਈ 600 ਲੈ ਲਈ ਰੋਟੀ, ਕਹਿੰਦੇ ਤੇਰੀ। ਅੱਛਾ 1000 ਰੁਪਇਆ 750 ਦੇ ਦਿਓ ਰੋਟੀ ਭਾਈ ਤੁਹਾਡੀ। ਉਹਨਾਂ ਨੇ ਰੋਟੀ ਆਪਦੀ ਨੀ ਕਰੀ, ਮੈਂ ਆਪਦੀ ਰੋਟੀ ਦਿੱਤੀ ਨੀ, ਇੰਨਾ ਫਰਕ ਪੈ ਗਿਆ। ਉਹ 100 ਘਟੇ ਨੀ, ਮੈਂ 100 ਵਧਿਆ ਨੀ। ਰੇਟ ਜੀ ਤੂੰ ਤੂੰ ਮੈਂ ਹੋ ਗਈ ਉਹਦੇ ਲਾਂਘੇ ਆ ਦਿਨ ਆ ਗਿਆ ਬੈਠਾ। ਤੈਨੂੰ ਪੂਰਾ ਐਕਟਿੰਗ ਵੀ ਨੀ ਆਉਂਦੀ ਹੋਣੀ ਉਨੀ। ਵਾਹ ਤੇਰੇ ਐਡਿੰਗ ਤਾਂ ਵੈਸੇ ਕਰਨਾ ਸਿਰਾ, ਹੁਣ ਕਰਾ ਲੈ ਐਡਿੰਗ ਤਾਂ। ਅੱਛਾ ਬੋਲ ਕਾਹਦੀ ਕਰਾਉਣੀ ਹੈ, ਐਡਿੰਗ ਤਾਂ ਹੁਣ ਕਰਾ ਲੈ। ਐਕਟਿੰਗ ਤਾਂ ਕਰੀ ਜਾਂਦਾ ਪੈਗ ਭਾਲਦਾ ਹੋਰ ਕੀ। ਤਾਂ ਚੰਗਾ ਮਾਸੜਾ ਬਾਪੂ ਨੂੰ ਭੇਜਦਾ ਮੈਂ। ਤੇਰੇ ਬਾਪੇ ਨੂੰ ਭੇਜ, ਮੈਨੂੰ ਕੰਮ ਹੈ, ਭੇਜਦਾ ਕੰਮ ਹੈ ਮੈਨੂੰ। ਆਹ ਉਹ ਲੱਗ ਗਿਆ ਪਤਾ, ਗੌਰ ਕਰੀ ਪੈਰ ਨਾਲ ਹੀ ਆ ਮਲਦੀ ਗੱਲ। ਓ ਨਹੀਂ ਮਾਸੜਾ ਤੇਰੀ ਗੱਲ ਗੌਰ ਨਾਲ ਹੀ ਸੁਣਾਂਗੇ। ਆ ਗਿਆ ਆ ਗਿਆ, ਮੇਰੇ ਸਾਲੇ ਵਿਹਲੇ ਨੰਗ ਇੱਥੇ ਆ ਜਾਂਦੇ ਆ। ਭਾਬੀ ਮਾਂ ਕਿੱਥੇ ਗਈ ਆ? ਫੇ ਮਾਂ ਇਹਨਾਂ ਨੂੰ ਤਾਂ ਮੈਂ ਆਖਿਆ ਵੀ ਮਾਂ ਭੋਗ ਤੇ ਗਈ ਹੋਈ ਆ, ਪਰ ਭੋਗ ਤੇ ਕਾਹਨੂੰ ਗਈ ਆ? ਮਾਂ ਤਾਂ ਟਲ ਕੇ ਭੂਆ ਕੋਲੇ ਵਗ ਗਈ। ਕਿਉਂ? ਇੰਨਾ ਤਾਂ ਚੌਣਾ ਆ ਰਿਹਾ ਤੈਨੂੰ ਇਹ ਨੀ ਪਤਾ? ਇੰਨਾ ਤਾਂ ਦੁਖੀ ਕਰ ਮਾਰਿਆ, ਤੂੰ ਤਾਂ ਵਿਆਹ ਤੇ ਟੱਪ ਗਿਆ, 2 ਦਿਨ ਤੂੰ ਤਾਂ ਆਇਆ ਨੀ ਹੈਗਾ। ਉਹ ਦੁਖੀ ਦੀ ਕੀ ਗੱਲ ਆ, ਮੈਂ ਤਾਂ ਆਪ ਇਹਨਾਂ ਤੋਂ ਆਖਿਆ ਪਿਆ, ਇੱਕ ਜਾਂਦਾ ਮੇਰਾ ਸਾਲਾ ਇੱਕ ਹੋਰ ਆ ਜਾਂਦਾ। ਲੀ ਚਾਟਾ ਨੀ ਕਾਸੀ ਚੀਜ਼ ਦਾ ਘਾਟਾ ਨੀ, ਘਾਟਾ ਤਾਂ ਆਪੀ ਨੀ, ਸਾਰਾ ਕੁਝ ਤਾਂ ਮੁੱਕਿਆ ਪਿਆ, ਉੱਤੋਂ ਜਣਾ ਇਹ ਆ ਜਾਂਦਾ। ਲੈ ਘਾਟਾ ਗਾ ਤੂੰ ਨੀ ਬੈ, ਸਾਰਾ ਦਾ ਮੁੱਕਿਆ ਪਿਆ ਸਮਾਨ, ਕਹਿੰਦਾ ਘਾਟਾ ਨੀ ਹੈਗਾ ਕਾਸੇ ਦਾ, ਘਾਟਾ ਆਪਾਂ ਉਹਨੂੰ ਹੈਗੇ ਤਾਂ ਹੈਦਾ ਤਾਂ ਲੱਗੇ ਹੋਏ, ਇੱਕ ਜਾਂਦਾ ਇੱਕ ਆਉਂਦਾ, ਸਿਆਪਾ ਪਾ ਰੱਖਿਆ ਇਹਨਾਂ ਨੇ ਘਰੇ। ਹਜੇ ਉਹ ਠੀਕ ਸੀ, ਮੈਨੂੰ ਲੱਗਦਾ ਇਹ ਉਦੋਂ ਹੀ ਚੜਦਾ ਜਾਂਦਾ। ਮੈਨੂੰ ਤਾਂ ਆਪਾਂ ਹੀ ਲੱਗਦਾ ਇਹਦਾ ਵੱਧ ਪਿੱਪਲ ਲੱਗ ਗਈ। ਸਾਰੇ ਰਿਸ਼ਤੇਦਾਰੀ ਫੁਕ ਰਹੇ ਆ? ਫੁਕ ਰਹੇ ਆ ਸਾਰੇ, ਪਤਾ ਨੀ ਕਿਹੋ ਜਿਹੇ ਰਿਸ਼ਤੇਦਾਰ ਆ, ਮੈਨੂੰ ਕੀ ਪਤਾ, ਤੁਹਾਨੂੰ ਪਤਾ ਹੋਣਾ ਚਾਹੀਦਾ। ਬਸ ਇੱਕ ਤੂੰ ਹੀ ਬਚੀ ਆ, ਤੂੰ ਵੀ ਬਚ ਕੇ ਰਹੀ। ਹਾਂ ਸਾਡੇ ਤਾਂ ਹੈ ਨੀ ਕੋਈ ਫੁਕਰਾ, ਤਾਂ ਵਰਤਦੇ ਨੀ। ਬਾਪੂ ਕਿੱਥੇ? ਬਾਪੂ ਤਾਂ ਇੱਥੇ ਹੋਊਗਾ, ਮਸਲ ਫਿਰਦਾ ਉਹਦੇ ਨਾਲ। ਚਲ ਮੈਂ ਜਾ ਕੇ ਆਉਣਾ ਮਾੜਾ। ਚਲ ਚੰਗਾ ਤੂੰ ਜਾਇਆ ਹੈਗਾ, ਇਹਨਾਂ ਨੂੰ ਵੀ ਦੱਸ ਲਾ ਆਟਾ ਉੱਟਾ ਲਿਆ ਕਰ, ਕੁਛ ਨਹੀਂ ਹੈਗਾ ਇਹਨਾਂ ਨੂੰ। ਮੈਥੋਂ ਨਹੀਂ ਲਈਦਾ ਆਟਾ, ਮੈਂ ਕਿਹੜਾ ਸੱਦਿਆ ਇਹ? ਕੀ ਖਵਾਉ ਚੌੜੇ ਨੂੰ? ਮਾਂ ਤਾਂ ਉੱਠ ਗਈ ਫਿਰ। ਕੋਈ ਨਾ ਜਿਹੜਾ ਮਰਜ਼ੀ ਖਵਾ ਦੇ ਕੁਛ, ਮੈਥੋਂ ਲੈ ਬਣਾ ਦੂੰ ਫਿਰ, ਅੱਜ ਬਣਾ ਦੇ ਮਰੇ ਵਾਲਾ ਨੂੰ ਕੜੀ ਪਾ ਦੇ, ਭਈਆਂ ਵਾਂਗੂ ਆਪੀ ਲੱਗੇ ਰਹਿਣਗੇ। ਹਾ 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 ਸ਼ੁਕਰ ਹੈ ਰੱਬਾ, ਬਸ ਹਮੜਾ ਟਾਈਮ ਮਿਲਿਆ। ਬਾਪੂ ਹਾਂ, ਉਹ ਮੈਂ ਨਾ ਯਾਰ ਤੇਰੇ ਨਾਲ ਕੰਮ ਦੀ ਗੱਲ ਕਰਨੀ। ਕੰਮ ਦੀ ਗੱਲ? ਹਾਂ ਹੱਦ ਹੋ ਗਈ, ਮੇਰੇ ਮੁੰਡਾ ਅੱਜ ਕੰਮ ਦੀ ਗੱਲ ਕਰਨ ਲੱਗਿਆ, ਕਾਹੇ ਜੀ ਹੈ ਕੰਮ ਦੀ ਗੱਲ ਦੱਸ। ਉਹ ਮੈਂ ਨਾ ਬਾਪੂ ਲਿਆਉਣਾ ਕੁੱਤਾ। ਕੁੱਤਾ? ਹਾਂ। ਉਹ ਬਾਹ ਮਾਂ ਦਾ ਪੁੱਤਾ, ਮੈਂ ਆਖਾਂ ਪਤਾ ਨਹੀਂ ਕਿਹੜੇ ਕਿਥੇ ਕਿ 2 ਕਿੱਲੇ ਜ਼ਮੀਨ ਦੀ ਗੱਲ ਕਰਦਾ ਹੋਣਾ, ਕੁੱਤਾ ਸਿਰ ਚ ਮਾਰਨਾ ਤੇ ਕਮਲਿਆ। ਉਹ 2 ਕਿੱਲੇ ਬਲਾਈ, ਬੇਸ਼ੱਕ 4 ਕਿੱਲੇ ਬਣਾ ਲਈ ਕੁੱਤੇ ਨਾਲ। ਹਾਂ ਲੈ ਲੈ, ਕੁੱਤਿਆਂ ਨਾਲ ਤਾਂ ਕਿਤੇ ਹੋਰ ਨਾਤਰੀਆਂ ਜ਼ਮੀਨਾਂ ਬਣ ਜਾਣਾ। ਓਏ ਆ ਕੁੱਤੇ ਨਹੀਂ ਹੈਗੇ, ਗਲੀਆਂ ਵਾਲੇ ਕਤੀੜ। ਹੋਰ ਉਹ ਨਸਲੀ ਕੁੱਤੇ, ਨਸਲੀ 50,000 ਦਾ ਵਿਕਦਾ, 1,00,000 ਦਾ। ਅੱਛਾ ਹਾਂ, ਤੇ ਫਿਰ ਜਦੋਂ ਹੁਣ ਆਪਾਂ ਲੈ ਕੇ ਆਵਾਂਗੇ ਫਿਰ ਕਿੰਨੇ ਦਾ ਲੈ ਕੇ ਆਵਾਂਗੇ? ਫਿਰ ਆਪਾਂ ਤਾਂ ਕਿਹੜਾ ਸਸਤੇ ਹੀ ਲਿਆਵਾਂਗੇ। ਅੱਛਾ, ਹੌਲੀ ਹੌਲੀ ਜਿਵੇਂ ਜਿਵੇਂ ਕੰਮ ਚੱਲੀ ਗਿਆ ਆਪਣਾ, ਉਵੇਂ ਵਧਾ ਦਾਂਗੇ। ਉਹ ਰਹਿਣ ਦੇ ਰਹਿਣ ਦੇ, ਆ ਕੁੱਤੇ ਦਾ ਗਲੀਆਂ ਚ 3900 ਫਿਰਦਾ, ਜਿਹੜੇ ਨੂੰ ਮਰਜ਼ੀ ਫੜ ਲੈ, ਵੇਖ ਕੇ ਡੱਬ ਖੜਬਾ ਜਾ ਕੋਈ ਲਿਆ। ਐ ਨੀ ਬਾਪੂ, ਐ ਤਾਂ ਬੰਦੇ ਬੰਦੇ ਚ ਵੀ ਫਰਕ ਹੁੰਦਾ, ਕੋਈ ਵਧੀਆ ਹੁੰਦਾ ਕੋਈ ਘਟੀਆ ਹੁੰਦਾ, ਐਂ ਕੁੱਤੇ ਆ। ਅੱਛਾ ਅੱਛਾ, ਨਸਲੀ ਹੁੰਦੇ ਆ ਨਸਲੀ। ਓਏ ਆਪਾਂ ਨਹੀਂ ਕਿਸੇ ਇਹਨਾਂ ਕੋ ਕੁੱਤਿਆਂ ਤੋਂ ਕੁਛ ਕਰਾਉਣਾ, ਰਹਿਣ ਦੇ ਤੂੰ ਇਹੋ ਜਿਹੇ ਕੰਮ ਨੂੰ। ਬਾਪੂ ਮੈਨੂੰ ਕੋਈ ਬਿਜ਼ਨਸ ਕਰਨ ਤੋਂ ਨਾ ਰੋਕਿਆ ਨਾ, ਇਹ ਬਿਜ਼ਨਸ ਹੈ ਪਾ ਦਿੰਦਾ। ਇਹ ਕੁੱਤਿਆਂ ਦਾ ਬਿਜ਼ਨਸ ਹੈ ਕੋਈ? ਲੈ ਬਿਜ਼ਨਸ ਹੀ ਆ, ਤੈਨੂੰ ਪਤਾ ਹੀ ਨਹੀਂ, ਤੂੰ ਕਿਹੜਾ ਬਾਹਰ ਅੰਦਰ ਨਿਕਲਦਾ। ਆਹੋ ਅਸੀਂ ਤਾਂ ਸੁਣਿਆ ਨਹੀਂ ਕਦੇ, ਆ ਊਠਾਂ ਦਾ, ਬੱਕਰੀਆਂ ਦਾ, ਬਲਦਾਂ ਦਾ, ਅਸੀਂ ਇਹ ਵਪਾਰ ਤਾਂ ਸੁਣਿਆ, ਮੱਝਾਂ ਦਾ, ਆਹ ਕੁੱਤਿਆਂ ਕੱਤਿਆਂ ਦਾ ਨਹੀਂ ਸੁਣਿਆ। ਓ ਬਾਪੂ ਤੂੰ ਕਦੇ ਬੋਲੀ ਤੇ ਗਿਆ ਹੋਵੇਂ, ਫੇਰ ਹੀ ਪਤਾ ਲੱਗੂ ਤੈਨੂੰ ਕੁੱਤਿਆਂ ਵਾਲੀ ਤੇ। ਅੱਛਾ ਅੱਛਾ, ਫੇਰ ਤੂੰ ਲਿਆ ਕੇ ਹੁਣ ਕੁੱਤਾ ਵੇਖਦਾ ਕਰੋੜ ਕਰੋੜ ਦਾ ਹੈ। ਹਾਂ ਉਹ ਆਪਾਂ ਨਹੀਂ ਇਹੋ ਜਿਹਾ ਕੁਛ ਲੈ ਸਕਦੇ ਪੁੱਤ, ਰਹਿਣ ਦੇ ਰਾਜੂ, ਮੈਂ ਤਾਂ ਨਹੀਂ ਇਹ ਗੱਲ ਤੇ ਰਾਜੀ। ਆਪਾਂ ਤਾਂ 15,000 ਵਾਲੀ ਲਿਆਉਣਾ। ਅੱਛਾ 15,000 ਨੂੰ ਤੂੰ ਥੋੜਾ ਜੀ ਸਮਝਦਾ। ਓ ਬਾਪੂ ਮੇਰੀ ਗੱਲ ਸੁਣ,
ਜੇ ਆਪਾਂ ਉਹ ਕੁੱਤਾ ਲਿਆਂਦਾ ਹਨਾ, ਚੱਲ ਆਪਾਂ ਮੈਂ ਕਹਿੰਦਾ ਕੁੱਤੀ ਲਿਆਵਾਂਗੇ, ਆਪਾਂ ਉਹਤੋਂ ਬੱਚੇ ਲੈ ਲਾਂਗੇ, ਬੱਚੇ ਫਿਰ ਵੇਚਾਂਗੇ 30-40 ਹਜ਼ਾਰ ਦੇ, ਸਮਝ ਲਾ ਫਿਰ ਪੈਸਾ ਹੀ ਪੈਸਾ। ਮੈਨੂੰ ਲੱਗਦਾ ਤੂੰ ਸੁਪਨਾ ਦੇਖੀ ਜਾਂਦਾ ਬੈਠਾ ਬੈਠਾ। ਸੁਪਨਾ ਬਾਪੂ ਮੈਨੂੰ ਲੱਗਦਾ ਤੂੰ ਦਿਖਾਏਗਾ, ਰਿਐਲਿਟੀ ਨੀ ਕਰਨ ਦਿੰਦਾ ਫਿਰ। ਮੈਂ ਤਾਂ ਨੀ ਇਹ ਕੁੱਤੇ ਕਰ ਦਿੰਦੇ ਤੈਨੂੰ ਚੱਕਰ ਚ ਪੈਣ ਦਿੰਦਾ, ਰਾਜੀ ਰਹਿ ਚਾਹੇ ਗੁੱਸੇ, ਫਿਰ ਹੁਣ ਮੈਂ ਤਾਂ ਗੁੱਸੇ ਹੀ ਰਹੂ ਫਿਰ। ਕਿਉਂ ਹੱਦ ਕੁੱਤਾ ਦਵਾ ਦੇ ਤੇ ਜਾਂ ਫਿਰ ਮੈਨੂੰ ਛੱਡ ਦੇ। ਉਹ ਬਾ ਉਹ ਤੇਰੇ ਤੈਨੂੰ ਛੱਡ ਦਾ, ਤੈਨੂੰ ਤਾਂ ਮੈਂ ਕਿਵੇਂ ਛੱਡ ਦਿਆਂ ਪੁੱਤ, ਮੈਂ ਘਰੋਂ ਜਾਊ। ਨਹੀਂ ਨਹੀਂ ਫਿਰ ਮੈਂ ਘਰੋਂ ਜਾਊ। ਹੱਦ ਹੋ ਗਈ, ਉਹ ਘਰੋਂ ਘਰੋਂ ਨਾ ਜਾਈ, ਨਾਲੇ ਕੀ ਤੇਰਾ ਕੁੱਤੇ ਬਿੱਲਿਆਂ ਚ ਯਾਰ, ਤੂੰ ਮੇਰੇ ਆਖੇ ਲੱਗ। ਅੱਛਾ ਆਹੋ ਥੇਲੇ ਟੈ ਰਹੇ ਮੰਜੇ ਤੇ, ਠੀਕ ਆ ਮੈਨੂੰ ਕੋਈ ਬਿਜ਼ਨਸ ਸਟਾਰਟ ਨਾ ਕਰਨ ਦੇ। ਆਹੋ ਉਹਨੂੰ ਬਿਜ਼ਨਸ ਸਮਝਦਾ ਉਹ, ਮੈਂ ਤਾਂ ਖੇਤਾਂ ਚ ਕੰਮ ਕਰਕੇ ਆਇਆ, ਆ ਪਹਿਲਾਂ ਤੇਰਾ ਮਾਮਾ ਸੀ, 5-4 ਦਿਨ ਉਹ ਕੰਮ ਕਰਾਉਂਦਾ ਸੀ, ਖੇਤਾਂ ਚ ਕਰੀ ਜਾਏਗਾ ਨਾਲੇ ਮੈਥੋਂ ਕਰਾਏਗਾ। ਆਹ ਮੈਨੂੰ ਬਿਜ਼ਨਸ ਕਰ ਲੈਣ ਦੇ, ਟੌਪ ਤੇ ਜਾਊਗਾ ਮੈਂ ਦੇਖੀ। ਹਾਂ ਟੌਪ ਤੇ ਜਾਊਗਾ, ਟੌਪ ਤੇ। ਗੱਲ ਸੁਣ ਲੈ, ਮੈਨੂੰ ਤਾਂ ਤੂੰ ਕਹਿੰਦਾ ਮੰਜੇ ਤੋੜਦਾ, ਮੈਂ ਨਹੀਂ ਮੰਜੇ ਤੋੜਦਾ, ਇਹ ਤਾਂ 4 ਦਿਨ ਮੱਲ ਨੇ ਹੱਥ ਕੰਮ ਕਰਵਾਤਾ, ਆ ਹੁਣ ਤੇਰਾ ਮਾਸੜ ਆਇਆ, ਮੈਨੂੰ ਐ ਸੀਗਾ ਮੈਂ ਇਹ ਮਾੜਾ ਮੋਟਾ ਹੱਥ ਲਵਾਉ, ਇਹ ਪਤੰਦਰ ਹੋਰ ਹੀ ਬੋਲੀ ਜਾਂਦਾ ਰਹਿੰਦਾ। ਹਾਂ ਹਾਂ ਪਿਆਰ ਹੈ ਮੰਜੇ ਤੇ, ਲੈ ਹੋਰ ਹੀ ਕਰ ਲੱਗ ਗਿਆ ਵਪਾਰ ਕਰਨ, ਕਦੇ ਕੁੱਤੇ ਬਿੱਲਿਆਂ ਦੇ ਵੀ ਵਪਾਰ ਸੁਣੇ ਨੇ। ਮੁਰਗੇ ਹੈਗੇ ਨੇ ਇਹਦੇ ਕਈ, ਇਹ ਤਾਂ ਫਿਰ ਮੈਨੂੰ ਜੇ ਹੁਣ ਮੇਰਾ ਸਾਲਾ ਗਲਤ ਨਾ ਚੱਕ ਲਈਏ ਕਿਤੇ ਮੁਰਗਾ ਕੋਈ, ਜਾਂ ਪਹਿਲਾਂ ਸਿੱਟਣ ਦੇ ਤਾਂ ਸਾਨੂੰ, ਜੇ ਤਾਂ ਆ ਗਏ ਹਾਂ ਤਾਂ 2 ਰੁਪਏ ਫਿਰ ਚੱਕਾਂਗੇ ਕਾਲਾ, ਜੇ ਆ ਗਏ 6 ਜੇ ਫਿਰ ਚੱਕਾਂਗੇ ਲਾਲ। ਹਾਈ ਕਾਲਾ ਚੱਕ ਲਾ ਓਏ, ਬੇੜੇ ਪਾਰ ਨੇ ਕਾਲਾ ਕਾਲਾ ਮੁਰਗਾ ਰੱਖਿਆ ਵੀ ਹੋਇਆ ਕੁਛ, ਮੇਰੇ ਸਾਲੇ ਨੂੰ ਚਾਦਰਾਂ ਪਾ ਰੱਖੀਆਂ ਨੇ ਮੁਰਗਾ ਦੇਖ ਲਾ ਜੀ, ਮੁਰਗਾ ਤੈਨੂੰ ਮੈਂ ਦਿਖਾ ਦਿੰਦਾ, ਪਤੀਲੇ ਚ ਕਿਹੜਾ ਪੂਗਾ ਉਹ ਮੁਰਗਾ ਦੇਖਦਾ ਜੀ ਬੱਤਖ ਦਾ। ਮਾਸੜਾ ਮੇਰੀ ਗੱਲ ਸੁਣ ਲਾ, ਰਿਸ਼ਤੇਦਾਰੀ ਜੀ ਬਾਅਦ ਚ ਰਹਿ ਜਾਊ, ਲੱਤਾਂ ਵੜ ਦੂ ਤੇਰੀਆਂ ਹੈਂ, ਨਹੀਂ ਬਰਾਬਰ ਦਾ ਹੋ ਜਾਏਗਾ, ਗੱਲ ਕਰ ਲਿਆ ਕਰੇਗਾ। ਗੱਲ ਤਾਂ ਸੁਣ ਲੈ, ਜੇ ਹੈਗਾ ਦੇ ਦੇ ਵੀਰ ਬਣ ਕੇ ਜਾ, ਪੈਸੇ ਲੈ ਲਈ। ਉਹ ਪੈਸੇ ਨਹੀਂ, ਨਸਲ ਦੇ ਮੁਰਗੇ, 4-4 ਹਜ਼ਾਰ 5-5 ਹਜ਼ਾਰ ਦਾ ਮੁਰਗਾ ਇੱਕ, ਐਂ ਕਰ ਤੈਨੂੰ ਮੈਂ ਉਹ ਲਿਆ ਦੂਗਾ, ਫਿਰ ਲਿਆ ਕੇ ਦੇ, ਜਾਂ ਲਿਆ ਕੇ ਦੇ ਕਿ ਮੈਂ ਬਿਆਹ ਰੱਖਿਆ ਮੇਰੇ, ਲਿਆ ਕੇ ਦੇ ਮੈਂ। ਓ ਫਿਰ ਜਾ ਓਏ, ਹਾਂ ਜਾ ਓ ਮਾਸੜਾ, ਮੇਰੀ ਗੱਲ ਖੜਦਾ ਜਾ ਯਾਰ, ਨਾ ਯਾਰ ਓ ਉੱਤ ਬਣ ਕੇ, ਓ ਬਾਜ਼ੀਆਂ ਜਿੱਤਦਾ ਯਾਰ ਮਾਸੜਾ, ਮੈਂ ਤੇਰੇ ਪਿੰਡ ਨਹੀਂ ਆਉਣਾ ਤੇਰੇ ਵਿਆਹ ਨੂੰ, ਮੈਂ ਤੈਨੂੰ ਸਿੱਧੀ ਗੱਲ ਦੱਸਦੀ, ਮੈਂ ਰੁੱਸ ਕੇ ਵਗ ਜੂ ਮਾਸੜਾ, ਮੈਂ ਜੇ ਕੁੰਟ ਗਿਆ ਨਾ ਮੈਂ ਤਾਂ ਬਾਹਲਾ ਮਾੜਾ ਕੁੰਟਿਆ ਮਾਸੜਾ, ਮੇਰੀ ਗੱਲ ਸੁਣ ਲਾ, ਮੈਂ ਤੈਨੂੰ ਬੱਕਰਾ ਲਿਆ ਦੂ, ਪਰ ਇਹ ਮੁਰਗਿਆਂ ਨਾਲ ਛੇੜ ਯਾਰ, ਬੱਕਰਾ ਮੇਰਾ ਖਾਣ ਦਾ ਮੁਰਗ ਹੀ ਆ। ਓ ਮਾਸੜਾ ਯਾਰ ਗੱਲ ਆ ਗਈ, ਓ ਮਾਸੜਾ, ਓ ਮੇਰੀ ਗੱਲ ਦੱਸ, ਓ ਮਾਸੜਾ ਯਾਰ ਕਾਣੂ ਯਾਰ ਖਾ ਲਿਆ ਪੀ ਓਏ, ਤੈਨੂੰ ਕਹੀ ਇਹਨਾਂ ਨਾ ਪੰਗੇ ਲੈ, ਮੇਰੇ ਸਾਲਾ ਫੰਗ ਲਿਆ ਮਾਰ ਮਾਰੂ, ਉਹ ਨਸਲੀ ਉਹ ਲੜਨ ਵਾਲੇ ਆ, ਲੜਨ ਵਾਲੇ ਆ ਉਹ, ਪਤੀਲੀਆਂ ਵਾਲੇ ਨਹੀਂ। ਜੇ ਖਾ ਲਿਆ ਮੈਂ ਵੀ ਲੜੂੰਗਾ ਜੀ, ਜੇ ਨਾ ਖਵਾ ਫੇਰ ਮੈਂ ਲੜੂੰਗਾ, ਗੱਲ ਤਾਂ ਇੱਕ ਹੀ ਹੈ, ਜਿਹੜੀ ਐਲਓਸੀ ਕਰ ਗੱਲ ਜਿੱਤਨੀ ਆ ਹੁਣ ਮਾਸੜਾ, ਮੈਂ ਤਾਰੀ ਗੱਲ ਆ ਵੀਰ ਬਣ ਕੇ ਕਰਦੇ ਕੰਮ, ਮੇਰੀ ਗੱਲ ਇਹਨੂੰ ਛੱਡ, ਮੈਂ ਤੈਨੂੰ ਸ਼੍ਰੀ ਗੋਲਡੇ ਲਿਆ ਕੇ ਦੇਣਾ, ਪੱਕੀ ਗੱਲ ਆ, ਪੱਕੀ ਗੱਲ ਆ, ਪੈਸੇ ਹੈਗੇ ਨੇ ਪਰ ਸ਼ਰਤ ਇੱਕ, ਹਾਂ ਮੈਨੂੰ ਇੱਕ ਕੰਮ ਕਰਕੇ ਜੀ, ਕੀ ਮਾਇਆ ਕਰ ਅੰਬੇ ਵਾਲੇ ਪਿਓ ਨੂੰ ਕਹਿ, ਕਈ ਨੂੰ ਕੁੱਤਾ ਜਿਹੜਾ ਮੰਗਦਾ ਨਾ ਇਹ ਉਹ ਦਵਾ ਦੇ, ਮੇਰਾ ਪਿਓ ਯਾਰ ਕੁੱਤਾ ਨਹੀਂ ਦਵਾਉਂਦਾ ਨਸਲ ਦਾ, ਕੁੱਤਾ ਤਾਂ ਕੀ ਚੱਟਣਾ ਮੇਰਾ ਸਾਲ ਕਿਹੜਾ, ਮੈਂ ਇਸ ਲੈ ਲਾ ਕੋਈ ਦੁੱਧ ਪੀਏਗਾ, ਮੈਂ ਇਸ ਦੇ ਮੁੱਲ ਦਾ ਕੁੱਤਾ, ਉਹ ਮੈਂ ਇਸ ਦੇ ਮੁੱਲ ਦਾ ਖੇਚਲਾ ਕੌਣ ਕਰੂ, ਇੰਨੀ ਕੱਖ ਕੌਣ ਵੱਢ ਕੇ ਲਿਓ, ਫਿਰ ਕੁੱਤਾ ਕੀ, ਫਿਰ ਕੁੱਤੇ ਦਾ ਕੀ ਕਰੇਗਾ ਤੂੰ, ਮੇਰੀ ਗੱਲ ਸੁਣ ਮਾਸਟਰਾ, ਜਿਹੜਾ ਮੈਂ ਕੁੱਤਾ ਲੈਣਾ ਉਹਦੀ ਐਡੀ ਫੂਸ ਹੈ, ਐ ਹੋ ਜਾਂਦੀ ਹੈ ਨਿੱਕੀ ਜੀ, ਤੇ ਬਿਕਦਾ ਪਤਾ ਕਿੰਨਾ, ਦੁਬਾਰੇ ਦੱਸੀ ਐਡੀ ਹਾਂਜੀ।
60 ਦਾ ਵੇਚਾਂਗੇ ਮੁਰਗਾ ਛੱਡ ਤੈਨੂੰ ਬੱਕਰਾ ਛੱਡ ਕੇ ਉਂਗਰੇ ਅੱਛਾ ਪਰ ਉਹਨੂੰ ਕਹਿ ਕੇ ਮੈਨੂੰ ਦਵਾ 60,000 ਦਾ ਖਤੂਰਾ 60,000 ਦਾ ਹਾਂ ਮੈਂ ਮਨਾਵਾਂ ਫਿਰ ਤੇਰੇ ਭਾਪੇ ਨੂੰ ਨਾ ਮਨਾ ਲਾ ਮੇਰਾ ਕੀ ਮਾਨ ਤਾਨ ਕਰੇਗਾ ਸ੍ਰੀ ਗੋਲਡ ਮੁੰਡਾ ਹੈਗਾ ਭੀਖੀ ਮੈਂ ਕਹਿੰਦਾ ਫੋਨ ਕਰ ਕਰ ਇਹਦੇ ਲੰਬਰ ਕੱਢੀ ਭੀਖੀ ਵਾਲੇ ਮੁੰਡੇ ਦਾ ਲਿਖਿਆ ਹੋਇਆ ਕੀ ਨਾਂ ਲਿਖਿਆ ਹੈਗਾ ਭੀਖੀ ਵਾਲਾ ਲਿਖਿਆ ਹੋਇਆ ਬਸ ਉਹ ਯਾਰ ਇਹ ਤਾਂ ਲਾਈਟਾਂ ਜੀਆਂ ਲਾ ਰੱਖੀਆਂ ਤੂੰ ਲਾਈਟਾਂ ਹੀ ਲੱਗਣੀਆਂ ਹੋਰ ਆਉਣਾ ਜਬ ਅੱਛਾ ਭੀਖੀ ਆਹ ਲੈ ਲਾ ਰੇਟ ਤਾਂ ਆਪੀ ਬਾਅਦ ਚ ਕਰ ਲਾਂਗੇ ਹੈਲੋ ਬਾਜ ਵੱਡੀ ਕਰ ਲੈ ਹੋ ਗਈ ਹੈਲੋ ਸਤਿ ਸ੍ਰੀ ਅਕਾਲ ਠੀਕ ਹੈ ਹੌਲੀ ਬੋਲ ਪਾ ਤੂੰ ਤਾਂ ਅੱਛਾ ਇਹਦੀ ਉੱਚੀ ਸੁਣਦਾ ਹਾਂ ਵਧੀਆ ਵਧੀਆ ਠੀਕ ਹੈ ਮਦਾ ਉਹ ਐਂ ਦੀ ਇੱਕ ਮੁਰਗੀ ਫਸ ਗਈ ਮੁਰਗੀ ਹਾਂ ਵੇਚਣਾ ਕਤੂਰਾ ਹੈ 500 ਵੱਧ ਦੱਸ ਦੀ 250 ਮੇਰਾ 250 ਤੇਰਾ ਮੈਂ ਲਿਆਉਣਾ ਮੁੰਡਾ ਜਵਾਕ ਮੇਰਾ ਹੀ ਮੁੰਡਾ ਸਮਝ ਬਸ ਠੀਕ ਹੈ ਲਾਂਬਾ ਨਾ ਆਵੇ ਕੰਮ ਦਾ ਮੁੰਡਾ ਮੇਰਾ ਠੀਕ ਹੈ ਕੱਟ ਦੇ ਇਧਰੋਂ ਕੱਟ ਦੇ ਕੀ ਕਹਿੰਦਾ ਮਾਸੜਾ ਕਹਿੰਦਾ ਆ ਜਾਓ ਪੱਕੀ ਗੱਲ ਆ ਹਾਂ ਆ ਜਾਓ ਕਹਿੰਦਾ ਓਏ ਇਹ ਤਾਂ ਮੰਨ ਜੂ ਹੁਣ ਕੁੱਤਿਆਂ ਦਾ ਕਹਿੰਦਾ ਟੈਂਪੂ ਦੇ ਜਾਓ ਪੱਕੀ ਹੁਣ ਮੇਰੇ ਵਾਲੇ ਬੁੜੇ ਨੂੰ ਵੀ ਮਨਾ ਲਾ ਮੈਂ ਹੈਗਾ ਚੱਲ ਫਿਰ ਆ ਜਾ ਤੇਰੀ ਬੀਬੀ ਹੈਗੀ ਐ ਓ ਯਾਰ ਉਹ ਪਤਾ ਨਹੀਂ ਕਿੱਥੇ ਗਈ ਆ ਇਹ ਨਹੀਂ ਮੰਨਦਾ ਬਈ ਉਹ ਤੇਰੀ ਬੀਬੀ ਨੂੰ ਲਿਆ ਪਹਿਲਾਂ ਮੇਰੇ ਕੋਲ ਓਏ ਹੁਣ ਮੈਨੂੰ ਕੀ ਪਤਾ ਕਿੱਥੇ ਗਈ ਆ ਪਹਿਲਾਂ ਤੇਰੀ ਬੀਬੀ ਨਾਲ ਗੱਲ ਕਰਨੀ ਪਊ ਓ ਯਾਰ ਮਾਸੜਾ ਮਨਾ ਲੈਣਾ ਯਾਰ ਤੇਰਾ ਹੱਲ ਮੈਂ ਪੱਕਾ ਕਰ ਦੂੰ ਪੱਕੀ ਗੱਲ ਐ ਪੱਕੀ ਗੱਲ ਜ਼ਬਾਨ ਤੇ ਰਹੀ ਚੱਕ ਇੱਕ ਬੋਤਲ ਵੀ ਹੋ ਗਈ ਬਸ ਫਿਰ ਠੀਕ ਚੱਲ ਹੁਣ ਤਾਂ ਮੰਨੇ ਹੀ ਪਿਆ ਚੱਲ ਤਾਂ ਸਹੀ ਚੱਲ ਫਿਰ ਆ ਜਾ ਤੇਰਾ ਪਾਪਾ ਕਿੱਥੇ ਉਹ ਬੈਠਾ ਆ ਜਾ ਮਾਸੜਾ ਮਨਾ ਲਈ ਹੁਣ ਇਹਨੂੰ ਆ ਜਾ ਇਹ ਤਾਂ ਮੇਰੀ ਗੱਲ ਤੋਂ ਭਾਵੇਂ ਨਹੀਂ ਛੱਕਦਾ ਅੱਛਾ ਆ ਜਾ ਫਿਰ ਅੱਬਾ ਉਹ ਬਕਰਾ ਆ ਜਾ ਬੈਠੋ ਮਹਾਂ ਦੇਖ ਲੈ ਜਿਹੜੀ ਤੂੰ ਲੈ ਆਦੀ ਦਾਰੂ ਜੀ ਮੇਰੇ ਸੜਦੀ ਪੀਤੀ ਮੈਥੋਂ ਵੀ ਨਹੀਂ ਕੀ ਡੁੱਲੂਗੀ ਭਾਈ ਅੱਛਾ ਡੁੱਲੂਗੀ ਉਹ ਜਿਹੜੀ ਤੇਰਾ ਭਾਪਾ ਲੈ ਆਦੀ ਭਾਈ ਮੇਰੇ ਵਾਸਤੇ ਅੱਜ ਦਾਰੂ ਵਧੀਆ ਸੀ ਮਾਸੜਾ ਆਪਾਂ ਕੰਮ ਦੀ ਗੱਲ ਕਰ ਹੌਲੀ ਹੌਲੀ ਅੱਛਾ ਲੋਹਾ ਗਰਮ ਦੇਖ ਕੇ ਛੱਟ ਮਾਰੀ ਹੁੰਦੀ ਹੈ ਓਕੇ ਜੀ ਫਿਰ ਇੱਥੇ ਆ ਕੇ ਪੈ ਗਿਆ ਤੈਨੂੰ ਸ਼ਰਮ ਹੈ ਨਹੀਂ ਮਾੜੀ ਮੋਟੀ ਕਮਾਲ ਦੀ ਗੱਲ ਆ ਉਹ ਮੈਂ ਮਾੜਾ ਜਿਹਾ ਹੁਣ ਦਮ ਲੈਣ ਲੱਗ ਗਿਆ ਤਾਂ ਸੋਨੂੰ ਵੀ ਲੋੜਾ ਆ ਗਿਆ ਨਾ ਸਾਡੂ ਲੋੜਾ ਨਹੀਂ ਯਾਰ ਮੈਂ ਤੈਨੂੰ ਤੜਕੇ ਦਾ ਕਹੀ ਨਾ ਹਾਂ ਵੀ ਕਰ ਮੂੰਹ ਦੱਤਾ ਮਿੱਠਾ ਕਰ ਮੂੰਹ ਦੱਤਾ ਮਿੱਠਾ ਮੈਂ ਮਾੜਾ ਜਿਹਾ ਦਮ ਲੈ ਲਈਏ ਦਮ ਤਾਂ ਦਮ ਹੀ ਆ ਮੈਂ ਹੋਰ ਕਹਿੰਦੀ ਕੰਮ ਕਰ ਵਧੀਆ ਛੇੜ ਰੱਖਿਆ ਤੈਂ ਕੰਮ ਕਰ ਤਾਂ ਫਿਰ ਛੇੜ ਨਹੀਂ ਹੁਣ ਤੈਨੂੰ ਪਤਾ ਹੀ ਆ ਹਾਂ ਕੰਮ ਕਰਨਾ ਮੈਂ ਹੋਰ ਕਹਿੰਦਾ ਦੀ ਹਾਂ ਅੱਜ ਕੱਲ ਜਿਹੜੇ ਇਹ ਬਿਜਨਸ ਦਾ ਫੇਲ ਹੈ ਅੱਛਾ ਜੇ ਬਿਜਨਸ ਥੋੜਾ ਨਵਾਂ ਸਟਾਰਟ ਕਰਾ ਦਈਏ ਕਿਹੜਾ ਮਾਸੜਾ ਉਹ ਹੈ ਕਿਹੜਾ ਕੁੱਤਿਆਂ ਦਾ ਓ ਮਾਸੜਾ 1,000 ਰੁਪਿਆ ਬਕਰਾ 1,000 ਰੁਪਿਆ ਮਰ ਜਾਗਾ ਖੇਤ ਚ ਕੱਟਾ ਕਿਆ ਕਿਆ ਨਹੀਂ ਪੱਲੇ ਪੈਣਾ ਜਮਾ ਸਹੀ ਹੈ ਗੱਲ 1,000 ਰੁਪਿਆ ਮੁਰਗਾ ਜਮਾ ਮੈਂ ਤੇਰੇ ਨਾਲ ਸਹਿਮਤ ਆ ਤੂੰ ਸਾਨੂੰ ਰਹਿ ਦਿੰਨਾ ਫਿਰ ਤੂੰ ਆਪ ਹੀ ਨਾ ਕੰਮ ਚਲਾ ਲੈ ਮੇਰੇ ਤਾਂ ਹੈ ਨਹੀਂ ਸਾਹਮਣ ਵਾਲਾ ਇਹ ਤਾਂ ਹੁਣ ਜਿਵੇਂ ਆਹ ਜਵਾਕ ਹੈ ਇਹ ਸਮਝ ਸਕਦਾ ਅੱਛਾ ਇਹਨੇ ਕੁੱਤੇ ਦੀ ਫੋਟੋ ਦਿਖਾਈ ਮਾਂ ਦਾ ਪੁੱਤ ਐਡੀ ਦਾ ਪੂਸ ਉਹ ਦੇਖੀ ਉਹ ਅੱਖ ਚ ਮਾਰੀ ਮਾਸੜਾ ਪੂਸ ਮੜੀ ਰੋਟੀ ਕਰ ਐਡੀ ਪੂਸ ਭਾਈ ਬੁਲਾਈ ਵਧੀਆ ਨਸਲ ਦਾ ਕਿਹੜੀ ਨਸਲ ਦੀ ਹੋਵੇ ਕਿਹੜੀ ਸੀ ਪਤਾ ਨਹੀਂ ਪੈਟ ਬੁੱਲ ਸੀ ਪਤਾ ਨਹੀਂ ਕਿਹੜਾ ਸੀ ਮੇਰੇ ਯਾਦ ਨਹੀਂ ਚਲ ਉਹਦਾ ਮੈਨੂੰ ਵੀ ਨਹੀਂ ਪਤਾ ਪੜ੍ਹੇ ਲਿਖੇ ਗੱਲਾਂ ਨੇ ਤੂੰ ਮੈਨੂੰ ਐਂ ਦੱਸ ਇਹਦਾ ਕਰਾ ਦਈਏ ਪਿੰਡ ਜਿਸ ਸ਼ੁਰੂ
ਉਹ ਮੈਂ ਤਾਂ ਵੀ ਜੇ ਮੱਝਾਂ ਬੱਕਰੀਆਂ ਦਾ ਜਿੱਥੇ ਮਰਜ਼ੀ ਕਰ ਲੇ, ਖੇਤੀਬਾੜੀ ਕਰ ਲੇ, ਆ ਕੁੱਤੇ ਬਿੱਲਿਆਂ ਦੇ ਤਾਂ ਮੈਂ ਤਾਂ ਲਵੇ ਵੀ ਨਹੀਂ ਖਾਦਾ। ਚੁੱਪ ਬੋਲੀ ਨਾ, ਤੇਰੀ ਉਮਰ ਕਿੰਨੀ ਹੋਊਗੀ? ਉਮਰ ਮੇਰੀ ਬਥੇਰੀ ਹੋ ਗਈ, ਹੁਣ 60 ਸਾਲ ਨੂੰ ਪਹੁੰਚਣ ਵਾਲਾ ਮੈਂ। 60 ਸਾਲ ਨੂੰ ਪਹੁੰਚਣ ਵਾਲਾ ਲਾ, ਪਹਿਲੇ ਸਾਲ ਤੋਂ 60 ਸਾਲ ਤੱਕ ਮੈਸਾਂ ਗਾਈਆਂ ਸੀ ਕਰਤੀ। ਹਾਂ ਕੁਝ ਖੱਟਿਆ, ਲੈ ਖੱਟਿਆ ਕੁਝ ਖੱਟਿਆ, ਲੱਸੀ ਕਰ 2 ਸਾਲ ਕੁੱਤੇ ਰੱਖ ਲੈ, ਮੇਰਾ ਥੋੜਾ ਜਹਾਜ਼ ਕਿਨਾ ਹੱਥ ਪਵਾ ਦੀ, 2 ਸਾਲ ਕੁੱਤੇ ਰੱਖ ਲੈ। ਆਹ ਗੱਲ ਬਣੀ ਹੈ, 1000 ਰੁਪਇਆ ਹੈ ਕੁੱਤੇ ਦਾ। ਹਾਂ ਯਾਰ ਤੁਹਾਡੀ ਮਰਜ਼ੀ ਆ, ਪਰ ਮੇਰੇ ਤਾਂ ਤੁਸੀਂ ਬਸ ਤੋਂ ਬਾਹਰ ਆ, ਮੈਂ ਨਹੀਂ ਇਹ ਰਹਿ ਦਿੰਦਾ ਹੈਗਾ। ਉਹ ਤੰਗੜੀ ਨਾਲ ਇਕੱਠੇ ਨਹੀਂ ਹੋਣਾ। ਉਹੀ ਤਾਂ ਗੱਲ ਆ, ਐਂ ਕਰ ਓਏ, ਇਹ ਰੁਪਏ ਨਹੀਂ ਦਾ ਚੱਕ ਰੁਪਏ ਦਾ, ਆ ਮੇਰੇ ਕੋਲੇ ਰੁਪਏ ਖੁੱਦੇ ਨੇ, ਤੈਨੂੰ ਮੈਂ ਦਵਾਉਣਾ। ਦੇਖ ਲੈ ਪੁੱਤ, ਜੇ ਤੈਨੂੰ ਇਹ ਪੈਸੇ ਦਿੰਦਾ ਫਿਰ ਤਾਂ ਤੂੰ ਰਾਜ ਕਾ ਉਹ ਕਰਨਾ, ਕੁੱਤਿਆਂ ਦਾ ਕਰ ਲੈ ਬਿਜ਼ਨਸ, ਮੈਂ ਤਾਂ ਨਹੀਂ ਤੈਨੂੰ ਪੰਜੀ ਦੇ। ਮੈਂ ਰੁਪਏ ਦਿੰਨਾ ਅੱਜ, ਚਾਹੇ 20,000 ਤੱਕ ਤੂੰ ਰਹਾ ਵਜੇ, ਕੱਲ ਨੂੰ 2 ਲੱਖ ਦਾ ਮਾਲ ਵਿਕੂਗਾ, ਮੈਂ ਹੀ ਲਊਂਗਾ ਇਹਦੇ, ਇਹਨੂੰ ਨਾ ਰੁਪਿਆ ਦੇ ਦੀ ਫਿਰ ਤੂੰ। ਓ ਪਾਪਾ, ਸਾਰੇ ਪੈਸੇ ਮੈਂ ਲਾਉਣਾ ਫਿਰ ਜਦੋਂ ਯਾਰ, ਅੱਜ ਮੈਂ ਲਾਉਣਾ ਬਈ, ਮੈਂ ਧਾਰੇ ਦੇ ਦੇ, ਚੱਲ ਧਾਰੇ ਕਾਹਦੇ ਦੇ ਦੇ, ਧਾਰੇ ਨੂੰ ਗਰੀਬ ਐ ਤੂੰ, ਮਾੜਾ ਮਤਾ ਕਿਸੇ ਪਾਸੇ, ਇਹ ਤਾਂ ਹੱਥ ਧਾਰੇ ਦੇ ਲੱਦੇ, ਇਹ ਹੱਥ ਉੱਥ ਧਾਰੇ ਕੋਈ ਨਹੀਂ ਹੈਗਾ। ਸਕੀਮ ਸਾਂਭਲਾ, ਮੈਨੂੰ ਲੱਗਦਾ ਤੂੰ ਕੰਮ ਕਰਾਏਗਾ, ਸਾਂਭਲਾ ਸੀ ਸਕੀਮ, ਮਾਸਟਰ ਨੇ ਬਾਜੀ ਮਾਰ ਲਈ ਤਾਂ ਮੈਂ ਸਮਝ ਲੱਗ ਗਏ। ਆ ਮੁੰਡ ਦਾ ਫੋਨ ਆ ਗਿਆ, ਉਹ ਤਾਂ ਮੰਨੋ ਦੇਖ ਲਓ, ਮੈਂ ਤਾਂ ਚੱਕੇ ਚੱਕੇ ਦੀ ਫੋਨ ਦੇਖ ਲੈ, ਹਰ ਜਾ ਵੱਡੀ ਆਵਾਜ਼ ਕਰਦਾ, ਕਰਦੀ ਲੈ ਕਰਦੀ। ਹੈਲੋ, ਹਾਂ ਬਾਈ, ਬਾਬਾ ਬਾਈ, ਹਾਂ ਭਿੱਖੀ ਆ ਗਏ, ਬਸ ਅਸੀਂ ਤਾਂ ਤੁਰ ਪਏ, ਤੁਰ ਪਏ ਕਲੀਆਂ ਪਾ ਦੇ ਵੀਆਂ ਚ, ਅਸੀਂ ਘਰ ਪੁੱਛੀ ਮੜਿਆ, ਘਰ ਘਰ ਕਿੱਥੇ ਹੈ ਤਨਾ, ਉਲੇ ਤੋਂ ਸੂਏ ਸੂਏ ਪਈ ਜੀ, ਕੱਚੇ ਪਏ ਪਏ ਗਏ, ਆ ਗਏ, ਮੈਂ ਕਹਿੰਦਾ ਫੋਨ ਕੱਟ ਤੂੰ, ਠੀਕ ਹੈ ਨਾ, ਗੱਲ ਕਰੀ ਬੈਠਿਆ ਸਾਡੀ ਉਹ ਤੁਸੀਂ ਹੈ। ਲੈ ਫਿਰ ਹੁਣ ਤਾਂ ਅਸੀਂ ਤੇਰੇ ਕੋਲੇ ਆਇਆ, ਹੁਣ ਅਸੀਂ ਤੇਰੇ ਮੂੰਹ ਕਿ ਨਹੀਂ ਦੇਖ ਰਹੇ, ਫਿਰ ਤਾਂ ਅਸੀਂ ਪਾਲਜੀ ਕਲਚਰ ਪਾਵਾਂ, ਨਹੀਂ ਬਈ। ਚੱਲ ਮਾਸੜਾ, ਤੈਨੂੰ ਦਿੰਨਾ ਮੈਂ ਕਰਕੇ, ਕੀ ਬਿਜ਼ਨਸ ਮੈਂ ਤੈਨੂੰ ਦਿੰਨਾ ਕਰਕੇ। ਅੱਛਾ ਚੱਲ, ਤੂੰ ਚੱਲ ਮੁੱਛਾਂ ਰੱਖ ਤੂੰ ਭਾਈ, ਤੁਹਾਡੀ ਮਰਜ਼ੀ ਹੈ, ਮੈਂ ਤਾਂ ਇਸ ਰਾਹ ਪੈਂਦਾ ਨਹੀਂ। ਤੂੰ ਤਾਂ ਰਾਹ ਖਬਰ ਆ, ਤੂੰ ਤਾਂ ਸਿਵਿਆਂ ਦੇ ਰਾਹ ਹੀ ਪਏਗਾ, ਹੁਣ ਤੂੰ ਮੋਟਰਸਾਈਕਲ ਰੱਖ। ਓ ਤੂੰ ਦੇ ਦੇ ਪੈਸੇ, ਕਿਉਂ ਤੂੰ ਮਾਸੜ ਨੂੰ ਅਮੀਰ ਬਣਾਉਣਾ? ਓ ਪੁੱਤਾ, ਤੂੰ ਇੱਕ ਵਾਰੀ ਹੱਥ ਧਾਰੇ ਫੜ ਲੈ, ਜੇ ਫੜਨੇ ਆ ਧਾਰੇ ਧੂਰੇ, ਮੈਂ ਤਾਂ ਤੇਰੇ ਮੂੰਹ ਨੂੰ ਦੂੰ, ਇਹਦੇ ਮੂੰਹ ਨੂੰ ਮੈਂ ਰੁਪਿਆ ਨਹੀਂ ਦਿੰਦਾ ਭਾਈ, ਤੈਨੂੰ ਮੈਂ ਸਿੱਧੀ ਗੱਲ ਦੱਸਦੀ, ਇਹਦਾ ਬੰਦਾ ਹੈ ਨਹੀਂ ਕੱਢਣ ਪਾਉਣ ਵਾਲਾ, 30-35 ਸਾਲ ਹੋ ਗਏ ਰਿਸ਼ਤੇਦਾਰੀ ਪਏ ਨੇ, ਤਾਂ ਕਦੇ ਮੇਰੇ ਸਿਰ ਤੋਂ ਚੱਜ ਦੀ ਕੰਮ ਨਹੀਂ ਹੋਇਆ, ਨਾ ਦੀ ਗੱਲ ਸਾਡੂ ਉਹ, ਤੂੰ ਕਰਕੇ ਜਾਂਦਾ ਯਾਰ, ਆ ਤੇਰੀ ਸਾਰੀ ਭੁੱਖੀ ਮਰਦੀ ਹੈ, ਮੈਨੂੰ ਤਾਂ ਦਿਖੀ ਨਹੀਂ ਕੱਲ ਦੀ, ਮੈਨੂੰ ਦਿਖੀ ਨਹੀਂ, ਮੈਨੂੰ ਤਾਂ ਬੜੀ ਬੁੱਛੀ ਵਾਲੀ ਦਿਖੀ, ਫੇਰ ਤਾਂ ਪਹਿਲਾਂ ਕਿੰਨੇ ਸਾਲ ਹੋ ਗਏ ਤੈਨੂੰ ਆਉਂਦੇ ਜਾਂਦੇ ਨੂੰ, ਇਹਦੇ ਨਾਲ ਤਾਂ ਕਿੰਨੀ ਕੁੱਤੇ ਭਕਾਈ ਮਾਰ ਲੈ, ਮਗਜਾਲੀ ਉਹੋ ਜਿਹੀ ਦੀ ਉਹੋ ਜਿਹੀ ਰਹੂ, ਤੂੰ ਤੁਰ ਪੈ ਵੀਰ ਬਣ ਕੇ, ਟਾਈਮ ਹੋ ਜਾਂਦਾ ਉਹ ਮੁੰਡੇ ਨੇ ਬਾਵੇ ਨੇ ਕਹਾ ਜਾਣਾ ਭਿੱਖੀ ਵਾਲੇ। ਚੱਲ ਫਿਰ ਚੱਲੀਏ, ਦਾਰੂ ਦਾ ਪਿੱਟ ਨਾ ਲਾ ਕੇ ਬਹਿ ਜਾਓ ਕਿਤੇ, ਹੋਰ ਦਾਰੂ ਪਹਿਲਾਂ ਤੇਰੇ ਵਾਲੀ ਲੁੱਟਦੀ ਫਿਰਦੀ, ਇੱਥੇ 2 ਵਾਰੀ ਤਾਂ ਡੁੱਲ ਗਿਆ ਮੈਥੋਂ, ਆਂਡੇ ਜੇ ਲਿਆ ਜੋ ਉਹਨੂੰ ਕੀੜੀਆਂ ਲੱਗੀਆਂ, ਆ ਜਾ ਚੱਲ, ਆ ਜਾ ਚੱਲ, ਏਡਾ ਬਸ਼ਰਮ ਬੰਦਾ ਉਹ ਇਹ, ਮੈਨੂੰ ਕਹਿੰਦਾ ਏਡਾ ਬਸ਼ਰਮ ਬੰਦਾ, ਬਸ਼ਰਮ ਬੰਦਾ ਤਾਂ ਤੂੰ ਐ, ਆਇਆ ਤਾਂ ਤੂੰ ਮਿਲਣਾ, ਚਾਹ ਪੀਤੀ ਨੀ ਪਹਿਲਾਂ, ਕਹਿੰਦਾ ਸਾਡੂ ਆ ਬੋਤਲ ਖੋਲ ਲੈ, ਸਾਡੂ ਆ ਬੋਤਲ ਖੋਲ ਲੈ, ਕੋਈ ਨੀ ਹੱਥ ਨੇ ਜੇ ਪਿਆ ਦਾਂਗੇ ਤੈਨੂੰ ਤਾਂ ਜਿੰਨੀ ਮਰਜ਼ੀ ਪਈ ਜਾ।